ਸੋਰਠ ਮਹਲਾ 5 ਮੇਰਾ ਬੈਦ ਗੁਰੂ ਗੋਬਿੰਦਦਾ ਹਰ ਹਰ ਨਾਮ ਔਖ ਦੇ ਮੁਖ ਦੇਵੈ ਕਟੇ ਜਮ ਕੀ ਪੰਦਾ ਨਨਕਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਅਸੀਂ ਸਾਰੇ ਕਿਤਨਾ ਕਿਤੇ ਪਰਮਾਤਮਾ ਤੋਂ ਬਹੁਤ ਦੂਰ ਹੋ ਚੁੱਕੇ ਹਾਂ ਔਰ ਅਸੀਂ ہزار ਕੋਸ਼ਸ਼ਾਂ ਵੀ ਕਰਦੇ ਆ ਕਿ ਕਿਤੇ ਪ੍ਰਮਾਤਮਾ ਸਾਨੂੰ ਸਥਾਈ ਰੂਪ ਦੇ ਵਿੱਚ ਆਪਣੀ ਸ਼ਰਣ ਵਿੱਚ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਵੇ بڑے بڑے ਲੋਕ ਬੜੀ ਬੜੀ ਸੰਗਤਾਂ ਵੱਡੇ ਵੱਡੀ ਮਹਾਪੁਰਖ ਤੁਸੀਂ ਤੁਹਾਡੇ ਵਰਗੀ ਸੰਗਤਾਂ ਸਾਰੀਆਂ ਜਿੰਨੇ ਵੀ ਅਸੀਂ ਲੋਕ ਬੈਠੇ ਆ satsang kirtan shabad baani ਇਇ ਇੱਕ ਚਰਿਆ ਹੈ ਪਰਮਾਤਮਾ ਦੇ ਨਾਲ ਇੱਕ ਹੋਣ ਦਾ ਸੰਤ ਮਹਾਤਮਾ ਜੋ ਜੁੜੇ ਹੋਏ ਨੇ ਉਹ ਰੂਹਾਂ ਸਾਧੂ ਕੌਣ ਜਿਹੜੀਆਂ ਰੂਹਾਂ ਰੱਬ ਨਾਲ ਜੁੜੀਆਂ ਹੋਈਆਂ ਨੇ ਜੋ ਆਪ ਜੁੜੇ ਹੋਏ ਨੇ ਸਾਨੂੰ ਵੀ ਜੋੜਦੇ ਨੇ ਮਰੱਬ ਦੀਆਂ ਗੱਲਾਂ ਸੁਣਾਉਂਦੇ ਨੇ ਪਰਮਾਤਮਾ ਦੇ ਨਾਲ ਅਸੀਂ ਜੁੜ ਕੇ ਸਾਡਾ ਆਪਣਾ ਅੰਦਰ ਠੰਡਾ ਹੁੰਦਾ ਕਿਉਂਕਿ ਇੱਥੇ ਬੜੀ ਉਦਾਸੀ ਹੈ ਬੜਾ ਮਨ ਬੇਚੈਨ ਬੜੀ ਅੰਦਰੋਂ ਅਸੀਂ ਦੁਖੀ ਹੋਏ ਬੈਠੇ ਆ ਚਾਹੇ ਲੋਕਾਂ ਦੇ ਸਾਹਮਣੇ ਅਸੀਂ ਹੱਸਦੇ ਆ ਖੇਡਦੇ ਆ ਬਹੁਤ ਅਸੀਂ ਪਰੋਂ ਆਨੰਦ ਵਿੱਚ ਜੀਵਨ ਬਤੀਤ ਕਰਦੇ ਆ ਪੈਸੇ ਵੱਲ ਵੇਖ ਕੇ ਘਰ ਘਰ ਵੱਲ ਵੇਖ ਕੇ ਦੁਕਾਨਾਂ ਵੱਲ ਵੇਖ ਕੇ ਸ਼ਾਇਦ ਸਾਨੂੰ ਥੋੜਾ ਥੋੜਾ ਚਲੋ ਖੁਸ਼ੀ ਆ ਜਾਵੇ ਚਲੋ ਠੀਕ ਹੈ ਪੈਸੇ ਆ ਰਹੇ ਨੇ ਤੇ ਚਲੋ ਬੰਦਾ ਖੁਸ਼ ਹੈ ਪਰ ਫਿਰ ਵੀ ਅਸੀਂ ਪੈਸੇ ਦੇ ਨਾਲ ਫਿਰ ਵੀ ਅਸੀਂ ਖੁਸ਼ ਨਹੀਂ ਹੈਗੇ ਅਸੀਂ ਫਿਰ ਵੀ ਅੰਦਰੋਂ ਉਦਾਸ ਹਾਂ ਦੁਖੀ ਹਾਂ ਉਹ ਵੇਹੜਾ ਬੰਦਾ ਉਦਾਸ ਹੈ ਦੁਖੀ ਹੈ ਉਹਦਾ ਗੁੱਸਾ ਉਹਦੀ ਫਰਸਟ੍ਰੇਸ਼ਨ ਉਹਦੀ ਨਿਰਾਸ਼ਾ ਉਹਦੀ ਫਿਰ ਪਤਾ ਕਿੱਥੇ ਲੱਤਦੀ ਹੈ ਕਲੇਸ਼ ਕਰਕੇ ਕਿਉਂਕਿ ਇਹ ਜਿਹੜਾ ਯੁੱਗ ਹੈ ਇਹ ਯੁੱਗ ਹੈ ਕਾਲੀ ਯੁੱਗ ਕਾਲੀ ਯੁੱਗ ਦਾ ਮਤਲਬ ਹੈ ਕਲਾ ਤੇ ਕਲੇਸ਼ ਦਾ ਯੁੱਗ ਲੜਾਈਆਂ ਝਗੜਿਆਂ ਦਾ ਯੁੱਗ ਬਿਨਾਂ ਗੱਲ ਤੇ ਲੜਾਈ ਹੋਵੇਗੀ ਬਿਨਾਂ ਗੱਲ ਦੇ ਉੱਤੇ ਇੱਕ ਦੂਜੇ ਦੇ ਨਾਲ ਯੁੱਧ ਹੋਵੇਗਾ ਇਸੇ ਚੀਜ਼ਾਂ ਤੋਂ ਬਚਣਾ ਹੈ ਸੇ ਕਾਲੀ ਯੁਗ ਦੇ ਅੰਦਰ ਲੜਾਈ ਤੁਹਾਨੂੰ ਕਰਨੀ ਨਹੀਂ ਪਵੇਗੀ ਲੜਾਈ ਆਪਣੇ ਆਪ ਹੋਵੇਗੀ ਕਿਸੇ ਨੂੰ ਲੜਾਈ ਕਰਨੀ ਨਹੀਂ ਪੈਂਦੀ ਹਰ ਬੰਦਾ ਲੜਾਈ ਕਰਨਾ ਵੀ ਨਹੀਂ ਚਾਹੁੰਦਾ ਜਿਹੜੇ ਲੜਾਈਆਂ ਕਰਦੇ ਨੇ ਉਹਨਾਂ ਨੇ ਵੀ ਥੱਕ ਹਾਰ ਕੇ ਜਦੋਂ ਕਾਲੀ ਯੁਗ ਆਇਆ ਨਾ بڑے بڑے ਰਾਜੇ ਮਹਾਰਾਜਿਆਂ ਨੇ ਆਪਣੇ ਹਥਿਆਰ ਛੱਡ ਦਿੱਤੇ ਸਨ ਲੜਾਈਆਂ ਕਰ ਕਰਕੇ ਕੁਝ ਨਹੀਂ ਮਿਲੇ ਤੇ ਫਿਰ ਕੀ ਹੋਇਆ ਤੁਸੀਂ ਨਾਮ ਸੁਣਿਆ ਹੋਣਾ ਅਸ਼ੋਕ ਬੜਾ ਵੱਡਾ ਰਾਜਾ ਹੋਇਆ ਸ਼ੋ ਅਸ਼ੋਕ ਦੀ ਗ੍ਰੇਟ ਉਹਨੇ ਨਾਮ ਦੇ ਅੱਗੇ ਗ੍ਰੇਟ ਸ਼ਬਦ ਆ ਗਿਆ ਮਹਾਨ ਰਾਜਾ ਵੀ ਮਹਾਨ ਰਾਜਾ ਬੜੀਆਂ ਲੜਾਈਆਂ ਕੀਤੀਆਂ ਕਲਿੰਗਾ ਦੀ ਵਾਰ ਕੀਤੀ ਕਲਿੰਗਾ ਦੀ ਲੜਾਈ ਕੀਤੀ ਥੱਕ ਗਿਆ ਹਾਰ ਗਿਆ ਕਹਿੰਦਾ ਕੁਝ ਨਹੀਂ ਰੱਖਿਆ ਲੜਾਈਆਂ ਝਗੜਿਆਂ ਚ ਆਪਣੀ ਤਲਵਾਰ ਜਿਹੜੀ ਸੀ ਉਹ ਚੁੱਕ ਕੇ ਪੁਹਾ ਕੇ ਮਾਰੀ ਸਮੁੰਦਰ ਵਿੱਚ ਔਰ ਮਹਾਤਮਾ ਬੁੱਧ ਦਾ ਸੇਵਕ ਬਣ ਗਿਆ ਇੰਨਾ ਪ੍ਰਚਾਰ ਕੀਤਾ ਬੁੱਧ ਦਾ ਬੁੱਧ ਕੀ ਸੀ ਮਹਾਤਮਾ ਬੁੱਧ ਮਨ ਸ਼ਾਂਤ ਹੋਣਾ ਸ਼ਾਂਤੀ ਦਾ ਪ੍ਰਚਾਰ ਕੀਤਾ ਸ਼ਾਂਤੀ ਦਾ ਦੂਤ ਬਣ ਗਿਆ ਇਸ ਦੁਨੀਆ ਦੇ ਵਿੱਚ ਆ ਜਿਹੜੀ ਅਸ਼ਾਂਤੀ ਹੈ ਨਾ ਜਿਹੜੀ ਕੀ ਲੜਾਈ ਝਗੜਾ ਕਲੇਸ਼ ਇਹ ਤੁਹਾਨੂੰ ਸੁਗਾਤ ਵਿੱਚ ਪਰਮਾਤਮਾ ਦੇ ਕੋਲੋਂ ਖੁੱਲਾ ਮਿਲਿਆ ਹੋਇਆ ਜੋ ਕਲਯੁਗ ਹੈ ਕਲਾ ਦਾ ਯੁਗ ਹੈ ਕਲ ਕਲ ਮਤਲਬ ਕਲੇਸ਼ ਕਲੇਸ਼ ਦਾ ਕਰ ਹੈ ਕਲੇਸ਼ ਦਾ ਯੁਗ ਹੈ ਇਸ ਤੋਂ ਬਚਣ ਵਾਸਤੇ ਅਸੀਂ ਪਾਠ ਪੂਜਾ ਸਿਮਰਨ ਭਜਨ ਬੰਦਗੀ ਕਰਦੇ ਹਾਂ ਤੁਹਾਨੂੰ ਸ਼ਾਇਦ ਨਹੀਂ ਪਤਾ ਕਿ ਪਾਠ ਪੂਜਾ ਕਰਨ ਦੇ ਨਾਲ ਸਾਨੂੰ ਕੋਈ ਸੁਖ ਕਨੇ ਇਸ ਪਾਠ ਪੂਜਾ ਕਰੀ ਸੜੀ ਮਨੋ ਕਾਮਨਾ ਪੂਰੀ ਹੁੰਦੀ ਬੱਚਾ ਮਿਲ ਜੇਗਾ ਪਹਿ ਮਿਲ ਜਾਣਗੇ ਲੋਕਾਂ ਦੀ ਸੋਚਾਂ ਨਾ ਉੱਥੇ ਹੀ ਫਸੀਆਂ ਵਿੱਠੀਆਂ ਨੇ ਇਹ ਨਹੀਂ ਚੀਜ਼ਾਂ ਚਾਹੀਦੀਆਂ ਪਾਠ ਪੂਜਾ ਕਰਨ ਦੇ ਨਾਲ ਪਤਾ ਕੀ ਹੁੰਦਾ ਪਾਠ ਪੂਜਾ ਦੇ ਨਾਲ ਵਿਅਕਤੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਠੰਡਾ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਉਹ ਜਿਹਦੇ ਕੋਈ ਸ਼ਾਂਤੀ ਹੈ ਉਸ ਤੋਂ ਵੱਡੀ ਸੌਗਾਤ ਕੋਈ ਨਹੀਂ ਕਿਸੇ ਨੂੰ ਜੇ ਤੁਹਾਡੇ ਕੋਈ ਸ਼ਾਂਤੀ ਹੈ ਟਿਕੇ ਬੈਠੇ ਹੋ ਤੈਨੂੰ ਤਾਂ ਸਿੱਧਾ ਮਾਲੂਮ ਆ ਲੋ ਤੁਹਾਡੇ ਕੋਲ ਤਾਂ ਦੌਲਤ ਹੀ ਬੜੀ ਵੱਡੀ ਖਜ਼ਾਨਾ ਹੀ ਬੜਾ ਵੱਡਾ ਤਨ ਤਾਂ ਚਾਹੀਦਾ ਹੀ ਕੁਝ ਨਹੀਂ ਇਰਤੋ ਲਵਾ ਜਿਸ ਮਨੁੱਖ ਕੋਲ ਸ਼ਾਂਤੀ ਹੈ ਜਿਹੜਸ ਮਨੁੱਖ ਦੇ ਅੰਦਰ ਸ਼ਾਂਤੀ ਦੀ ਤਾਕਤ ਚੁੱਪ ਕੇ ਬੈਠਾ ਮਸਤ ਕਹਿੰਦਾ ਠੀਕ ਹੈ ਯਾਰ ਕੋਈ ਗੱਲ ਗਰੀਬੀ ਹੈ ਨਾ ਕਹਿੰਦਾ ਕੋਈ ਫਰਕ ਨਹੀਂ ਪੈਂਦਾ ਮੈਨੂੰ ਇਹ ਸ਼ਾਂਤੀ ਬਿਮਾਰੀਆਂ ਨੂੰ ਮੇਰਾ ਵੈਦ ਗੁਰੂ ਗੋਬਿੰਦ ਦਾ ਪੰਚਪਾਛੀ ਜੀ ਦੀ ਬਾਣੀ ਹੈ ਮਿੱਠੇ ਸ਼ਬਦ ਨੇ ਮਿੱਠੇ ਬੋਲ ਮੇਰਾ ਵੈਦ ਵੈਦ ਮਤਲਬ ਮੇਰਾ ਡਾਕਟਰ ਮੈਨੂੰ ਵੇਖਣ ਵਾਲਾ ਮੇਰਾ ਗੁਰੂ ਗੋਬਿੰਦ ਦਾ ਮੇਰਾ ਮਾਲਕ ਹੈ ਇਦਾਂ ਦੇ ਫਿਰ ਬੋਲ ਨਿਕਲਦੇ ਨੇ ਸਬਛਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਿਹੜੀ ਸ਼ਾਂਤੀ ਦੀ ਉਲੰਧ ਆਵਾਜ਼ ਪੂਰੀ ﺍﻟानੀਆਂ ਦੁਨੀਆਂ ਦੇ ਵਿੱਚ ਮਹਾਰਾਜ ਨੇ ਬਖਸ਼ਿਸ਼ ਕੀਤੀ ਮੈਨੂੰ ਨਹੀਂ ਲੱਗਦਾ ਗੁਰੂ ਘਰ ਦੇ ਵਿੱਚ ਇੱਕ ਨਵੀਂ ਨਵਾਂ ਹੀ ਪੈਗਾਮ ਐ ਇੰਨੇ ਠੰਡੇ ਇੰਨੇ ਸ਼ਾਂਤ ਕਿਰੇਤਾ ਤੱਤੀਆਂ ਤੱਤੀਆਂ ਰੇਤਾਂ ਦੇ ਵਿੱਚ ਬੈਠੇ ਨੇ ਮਹਾਰਾਜ ਜੀ ਹੁਣ ਤੁਸੀਂ ਜਦੋਂ ਆਪਾਂ ਜੂਨ ਦਾ ਮਹੀਨਾ ਆਣਾ ਮਹਾਰਾਜ ਦਾ ਸ਼ਹੀਦੀ ਪਰਬਾਣਾ ਉਸ ਵਕਤ ਮਹਾਰਾਜ ਨੇ ਕੀ ਵਰਤਣਾ ਦੁਨੀਆਂ ਨੂੰ ਸ਼ਬੀਲਾ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਕੋਈ ਜਗ੍ਹਾ ਐਸੀ ਨਹੀਂ ਜਿੱਥੇ ਸ਼ਬੀਲਾ ਨਹੀਂ ਵਰਤਾਈਆਂ ਜਾਂਦੀ ਠੰਡਕ ਦਾ ਪ੍ਰਤੀਕ ਠੰਡਕ ਸ਼ਬੀਲ ਦਾ ਮਤਲਬ ਹੈ ਠੰਡ ਪਵੇ ਦੁਨੀਆ ਨੂੰ ਵੀ ਠੰਡ ਪਵੇ ਮਹਾਰਾਜ ਜੀ ਦੇ ਚਰਨਾਂ ਨਾਲ ਲੱਗ ਕੇ ਤੇ ਜੇ ਠੰਡ ਹੀ ਨਹੀਂ ਪੈਣੀ ਤੇ ਫਿਰ ਗੁਰੂ ਦੇ ਚਰਨਾਂ ਨਾਲ ਲੱਗਣ ਦਾ ਫਾਇਦਾ ਕੀ ਹੋਇਆ ਤੇ ਜੇ ਅਸੀਂ ਉਦਾਂ ਦੇ ਬਣੇ ਰਹਿਣਾ ਰਾਖਸ਼ ਸੀ ਬਣੇ ਰਹਿਣਾ ਲੜਾਈਆਂ ਝਗੜੇ ਖਰਦੇ ਰਹਿਣਾ ਫਿਰ ਗੁਰੂ ਦੇ ਕੋਲ ਆਨ ਦਾ ਫਾਇਦਾ ਕੀ ਹੋਇਆ ਫਿਰ ਗੁਰੂ ਦੀ ਚੱਕਰੀ ਕਰਨ ਦਾ ਫਾਇਦਾ ਕੀ ਹੋਇਆ ਗੁਰੂ ਦੀ ਚੱਕਰੀ ਇਸ ਕਰਨ ਕੀਤੀ ਜਾਂਦੀ ਹੈ ਕਿ ਗੁਰੂ ਮਹਾਰਾਜ ਜੀ ਅਸੀਂ ਹਾਰ ਗਏ ਥੱਕ ਗਏ ਅਸੀਂ ਆਪਣੀਆਂ ਸੋਚਾਂ ਨਾਲ ਚੱਲ ਚੱਲ ਕੇ ਥੱਕ ਗਏ ਆਪਣੇ ਵਿਚਾਰਾਂ ਦੇ ਨਾਲ ਅਸੀਂ ਚੱਲ ਚੱਲ ਕੇ ਥੱਕ ਗਏ ਸਾਨੂੰ ਕੁਝ ਨਹੀਂ ਮਿਲਿਆ ਅਸੀਂ ਬਹੁਤ ਆਪਣੇ ਵਿਚਾਰਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਬੜਾ ਵੱਡਾ ਕਰ ਲਿਆ ਵੱਡਾ ਮਹਾਨ ਬਣਾ ਲਿਆ ਪੈਸੇ ਖਰਚ ਕਰ ਸਕੇ ਥੱਕ ਗਏ ਨਿਆਣਿਆਂ ਨੂੰ ਪਾਲ ਪਾਲ ਕੇ ਥੱਕ ਗਏ ਦੁਕਾਨਾਂ ਖੜੀਆਂ ਕਰਕੇ ਘਰ ਵੱਡੇ ਵੱਡੇ ਬਣਾ ਕੇ ਥੱਕ ਗਏ ਅਸੀਂ ਥੱਕ ਗਏ ਆ ਟੁੱਟ ਗਏ ਆ ਕੁਝ ਵੀ ਨਹੀਂ ਹੈਗਾ ਜਿਸ ਘਰ ਵਿੱਚ ਸ਼ਾਂਤੀ ਨਹੀਂ ਹੈ ਹੈ ਜਿਸ ਘਰ ਹਰ ਕੰਤ ਨਾ ਪ੍ਰਗਟੇ ਜਿਸ ਘਰ ਚ ਰੱਬ ਨਹੀਂ ਬੈਠਾ ਉਹ ਘਰ ਕਾ ਦਾ ਇੱਟਾ ਪੱਥਰਾਂ ਦੇ ਘਰ ਚ ਵੀ ਰੱਬ ਚਾਹੀਦਾ ਇਸ ਜਿਸਮ ਵਿੱਚ ਵੀ ਪ੍ਰਮਾਤਮਾ ਚਾਹੀਦਾ ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਅਗਰਵਾਸ ਤਨ ਸਵਾਸ ਇਹ ਹੈ ਗੁਰੂ ਨਾਨਕ ਦੇ ਘਰ ਦੀ ਬਾਣੀ ਸੱਚੇ ਪਾਤਸ਼ਾਹ ਦੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ ਬੜੀ ਮਿੱਠੀ ਬਾਣੀ ਹੈ ਕੁੰਗੂ ਕੁੰਗੂ ਦਾ ਮਤਲਬ ਹੁੰਦਾ ਕੇਸਰ ਕੇਸਰ ਵਰਗੀ ਕਾਇਆ ਇਹ ਨਿਸ਼ਾਨੀਆਂ ਨਹੀਂ ਜਦੋਂ ਬੰਦਾ ਗੁਰੂ ਨਾਲ ਜੁੜਦਾ ਹੈ ਉਹਦਾ ਸਰੀਰ ਬਦਲ ਜਾਂਦਾ ਕਾਇਆ ਕਲਪ ਹੋ ਜਾਂਦੀ ਸਰੀਰ ਹੀ ਬਦਲ ਗਿਆ ਉਹ ਸਰੀਰ ਰਹੀ ਨਹੀਂ ਜਿਹੜਾ ਕੱਲ ਸੀ ਅੱਜ ਪਲਟ ਗਿਆ ਸਰੀਰ ਹੀ ਚੇਂਜ ਹੋ ਗਿਆ ਕੁੰਗੂ ਕੀ ਕਾਇਆ ਰਤਨਾ ਕੀ ਲਲਿਤਾ ਜੀਬ ਦੇ ਵਿੱਚ ਮਿੱਟੀ ਅਗਰ ਵਾਸ ਤਨ ਸਵਾਸ ਚੰਦਨ ਸਰੀਰ ਚੰਦਨ ਬਣ ਗਿਆ ਤਨ ਚੰਦਨ ਬਣ ਗਿਆ ਸਵਾਸ ਸਵਾਸਾਂ ਦੇ ਵਿੱਚ ਵੀ ਖੁਸ਼ਬੂ ਹੈ ਇਹ ਜਿਹੜੇ ਬਾਹਰੋਂ ਸੈਂਟ ਸੁੰਟ ਲਾਣੇ ਨਾ ਜਿਹੜੇ ਪਰਫਿਊਮ ਲਾਣਾ ਬਾਹਰੋਂ ਇਤਰ ਲਗਾਣੇ ਇਹ ਪਤਾ ਕਦੋਂ ਤੋਂ ਚੱਲਿਆ ਇਹ ਕੰਮ ਜਦੋਂ ਵੱਡੇ ਵੱਡੇ ਸਾਧੂ ਸੰਨਿਆਸੀ ਸਨ ਨਾ ਬੜੇ ਬੜੇ ਵੱਡੇ ਉਹਨਾਂ ਦੇ ਸਰੀਰ ਦੇ ਅੰਦਰ ਅਜੀਬ ਖੁਸ਼ਬੂ ਆਉਂਦੀ ਰਹਿੰਦੀ ਹੈ ਜਦੋਂ ਤੁਸੀਂ ਰੱਬ ਰੱਬ ਜਿਆਦਾ ਕਰਨਾ ਤੁਹਾਡਾ ਸ਼ਰੀਰ ਪਵਿੱਤਰ ਹੋ ਜਾਣਾ ਹੈ ਪਾਵਨ ਤੇ ਪਵਿੱਤਰ एकदम ਪਵਿੱਤਰ ਕਿਉਂਕਿ ਪਰਮਾਤਮਾ ਨਾਲ ਜੁੜਦੇ ਹੀ ਮਨੁੱਖਤਾ ਦੀ ਮੈਲ ਖਤਮ ਹੋਣੀ ਸ਼ੁਰੂ ਹੋ ਜਾਂਦੀ ਜਨਮਾਂ ਜਨਮਾਂ ਦੀ ਇਹ ਨਹੀਂ ਕਿ ਇਸ ਜਨਮ ਦੀ ਜਨਮਾਂ ਜਨਮਾਂ ਦੀ ਮੈਲ ਜਨਮ ਜਨਮ ਕੀ ਮੈਲ ਤੋਵੇ ਔਰ ਜਨਮਾਂ ਦੀ ਮੈਲ ਕਿਉਂ ਹੈ ਜੇ ਤੁਹਾਨੂੰ ਮੈਂ ਤੁਸੀਂ ਕਹੋਗੇ ਕੀ ਸਾਡੀ ਤੇ ਇਸ ਜਨਮ ਦੀ ਮੈਲ ਤੁਲ ਸਕਦੀ ਪਿਛਲੇ ਜਨਮ ਦੀ ਕਿਦਾਂ ਤੋਂ ਲੇਗੀ ਤੁਲਦੀ ॠषि ਇੱਕ ॠषि ਮੰਡਵ ਉਹਨਾਂ ਦਾ ਨਾਮ ਸੀ ॠषि ਮੰਡਵ ਉਹ ਜਦੋਂ ਵੀ ॠਸ਼ੀਆਂ ਦੇ ਵਿੱਚ ਬਿੰਦੇ ਸਨ ਸੰਨਿਆਸੀਆਂ ਚ ॠਸ਼ੀਆਂ ਚ ਲੜਾਈਆਂ ਕਰ ਲੜਾਈਆਂ ਪੈ ਜਾਂਦੀਆਂ ਸੀ ਉੱਥੇ ਕੋਈ ਨਾ ਕੋਈ ਐਦਾਂ ਦੀ ਗੱਲ ਕਰ ਛੱਡਨੀ ਉਹਨਾਂ ਨੇ ਕਿ ਜਿਹੜੇ ਕਿ ਸ੍ਰਿਸ਼ ॠਸ਼ਮੁਨੀਆਂ ਨੇ ਆਪਸ ਵਿੱਚ ਲੜਨ ਬੈਠ ਜਾਣਾ ਕੋਈ ਗੱਲ ਮਤਲਬ ਕਿ ਗੱਲ ਹੋ ਰਹੀ ਹੋਣੀ ਕੋਈ ਨਾ ਕੋਈ ਕਿਉਂਕਿ ਵਿਚਾਰ ਹੁੰਦੇ ਸਨ ਮੀਟਿੰਗਾਂ ਹੁੰਦੀਆਂ ਸੀ ਹੁਣ ਅੱਜ ਕੱਲ ਅਸੀਂ ਮੀਟਿੰਗਾਂ ਕਰਦੇ ਆਂ ਹਾਂਜੀ ਜੀ ਬਹਿਜੋ ਹਾਂਜੀ ਜੀ ਸਲਾਹ ਕਰੋ ਆਪਾਂ ਇਹ ਪ੍ਰੋਗਰਾਮ ਕਿੱਦਾਂ ਕਰਨਾ ਕੋਈ ਕਵੇਗਾ ਜੀ ਮੇਰੀ ਜ਼ਿੰਮੇਵਾਰੀ ਹੈ ਕੋਈ ਕਹੇਗਾ ਮੇਰੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਮੇਰੀ ਜ਼ਿੰਮੇਵਾਰੀ ਹੈ ਇਦਾਂ ਹੀ ਪੁਰਾਣੇ ਜ਼ਮਾਨੇ 'ਚ ॠषि मुनि ਸਾਰੇ ਬਿੰਦੇ ਸੀ ਇਕੱਠੇ ਹੋ ਕੇ ਤੇ ਰੱਬ ਦੀਆਂ ਗੱਲਾਂ ਕਰਦੇ ਸੀ ਕਿ ਪਰਮਾਤਮਾ ਬਾਰੇ ਗੱਲ ਕਰੋ ਆਉਣ ਵਾਲੇ ਵਕਤ ਬਾਰੇ ਗੱਲ ਕਰੋ ਹੋਣ ਦੇ ਵਕਤ ਬਾਰੇ ਗੱਲ ਕਰੋ ਮਨੁੱਖਤਾ ਬਾਰੇ ਗੱਲ ਕਰੋ ਇਤਨਾ ਤਰ੍ਹਾਂ ਦੇ ਮੁੱਦੇ ਨਹੀਂ ਜਿੰਨਿਆਂ ਦੇ ਉੱਤੇ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਸੀ ਜਦੋਂ ਵੀ ਸਾਰੇ ਰਿਸ਼ੀਆਂ ਨੇ ਬਹਿਣਾ ਰਿਸ਼ੀਆਂ ਨੇ ਜਦੋਂ ਗੱਲਾਂ ਕਰਨੀਆਂ ਇੱਕ ઋષਿ ਮੰਡਵ ਨਾਮ ਸੀ ਉਹਨਾਂ ਦਾ ਉਹ ਵਿੱਚ ਬਹਿਣਾ ਉਹਨਾਂ ਨੇ ਕੋਈ ਇਦਾਂ ਦੀ ਗੱਲ ਕਰ ਦੇਣੀ ਇਦਾਂ ਦੀ ਗੱਲਬਾਤ ਸਭ ਨੇ ਸਭ ਨੇ ਇਕੱਠੇ ਹੋ ਕੇ ਇੱਕ ਗੱਲ ਕਰਨੀ ਉਹਨਾਂ ਨੇ ਕੋਈ ਵੱਖ ਗੱਲ ਕਰ ਦੇਣੀ ਇਦਾਂ ਪੜਕਾਉ ਗੱਲ ਕਰ ਦੇਣੀ ਕੋਈ ਇਦਾਂ ਦੀ ਗੱਲ ਕਰਨੀ ਕਲੇਸ਼ ਪੈ ਜਾਣਾ ਲੜਾਈ ਪੈ ਜਾਣੀ ਸਾਰੇ ਪਾਸੇ ਉਹਨਾਂ ਨੂੰ ਆਪ ਨਹੀਂ ਹੀ ਚੰਗਾ ਲੱਗਦਾ ਕਿ ਇਹ ਕੀ ਕਹਾਣੀ ਹੈ ਕਿ ਜਦੋਂ ਮੈਂ ਬਿੰਨਾ ਨਾਲ ਲੜਾਈ ਪਾ ਜਾਂਦਾ ਮੈਂ ਤੇ ਬੜੀ ਕਹਾਣੀ ਖਰਾਬ ਹੈ ਬਾਅਦ ਚ ਉਹਨਾਂ ਨੇ ਪਛਤਾਉਣਾ ਵੀ ਦੁਖੀ ਵੀ ਹੋਣਾ ਕਿ ਮੈਂ ਕੀ ਕਰ ਛੱਡਦਾ ਆਪਣੇ ਸੁਭਾਅ ਕਰਕੇ ਦੁਖੀ ਸਨ ਕਿ ਮੇਰਾ ਸੁਭਾਅ ਠੀਕ ਨਹੀਂ ਮੈਂ ਰਿਸ਼ੀ ਬਣ ਗਿਆ ਭਗਤੀ ਕਰਦਾ ਨਾਮ ਜਪਦਾ ਸਿਮਰਨ ਕਰਦਾ ਪਰ ਪਤਾ ਨਹੀਂ ਮੇਰਾ ਸੁਭਾਅ ਨਹੀਂ ਚੰਗਾ ਮੈਂ ਜਿੱਥੇ ਬਿੰਨਾ ਉੱਥੇ ਗੰਦ ਪਾ ਦਿੰਨਾ ਕੋਈ ਨਾ ਕੋਈ ਗੱਲ ਸਿਆਪਾ ਪਾ ਦਿੰਨਾ ਉਹਨਾਂ ਨੇ ਨਾ ਪਿੱਛੇ ਚਾਤੀ ਮਾਰੀ ਇੱਕ ਉਹਨਾਂ ਦੇ ਵੱਡੇ ઋષਿ ਸਨ ਪ੍ਰਿਤ ઋષਿ ਸਨ ਉਹਨਾਂ ਨੇ ਉਹਨਾਂ ਨੂੰ ਬਿਠਾ ਕੇ ਕਿਹਾ ਕਿ ਤੁਸੀਂ ਨਾ ਆਪਣੇ ਨਾ ਪਿੱਛੇ ਜਾਓ ਭਗਤੀ ਕਰਦੇ ਹੋ ਨਾ ਹਾਂਜੀ ਕਰਦੇ ਹਾਂ ਕਹਿੰਦੇ ਆਪਣੀ ਸੁਰਤ ਨੂੰ ਪਿੱਛੇ ਲੈ ਜਾਓ ਪਿੱਛੇ ਕਿੱਥੇ ਇਸ ਜਨਮ ਚ ਨਹੀਂ ਆਪਣੀ ਮਾਂ ਦੀ ਪੇਟ ਵਿੱਚੋਂ ਵੀ ਪਿੱਛੇ ਚਲ ਜਾਓ ਜਿੱਥੋਂ ਤੁਸੀਂ ਪਹਿਲੇ ਜਨਮਾਂ ਚ ਆਏ ਹੋ ਪਿਛਲੇ ਜਨਮਾਂ ਚ ਚਲ ਜਾਓ ਉਹ ਪਿਛਲੇ ਜਨਮਾਂ ਚ ਉਹਨਾਂ ਨੂੰ ਜਾਣ ਦਾ ਰਸਤਾ ਮਿਲ ਗਿਆ ਉਹ ਬੈਠ ਕੇ ਸਮਾਧੀ ਲਗਾਈ ਉਹਨਾਂ ਨੇ ਕਈ ਸਾਲ ਲੱਗ ਗਏ ਪਿੱਛੇ ਜਾਂਦੇ ਆ ਕਈ ਸਾਲ ਜਾ ਜਾ ਕੇ ਜਾ ਜਾ ਕੇ ਜਾ ਜਾ ਕੇ ਪਿੱਛੇ ਜਾ ਕੇ ਪਤਾ ਕੀਤਾ ਬਿਮਾਰੀ ਕੀ ਹੈ ਮੈਨੂੰ ਰੋਣਾ ਕਰਲਪਣਾ ਕੀ ਹੈ ਇਹ ਮੇਰਾ ਸੁਭਾਅ ਇਦਾਂ ਬਣਿਆ ਕਿਉਂ ਹੈ ਉੱਥੋਂ ਪਤਾ ਲੱਗਾ ਉਹ ਉਹਨਾਂ ਦਾ ਜਨਮ ਜਿਹੜਾ ਹੋਇਆ ਸੀ ਉਹ ਜਨਮ ਮੈਂਡਕ ਤੋਂ ਹੋਇਆ ਸੀ ਡੱਡੂ ਸਨ ਉਹ ਡੱਡੂ ਜਿਹੜੇ ਸਨ ਮੈਂਡਕ ਜਿਹੜੇ ਨੇ ਮੈਂਡਕਾਂ ਦੀ ਪਸਾਰੀ ਨਹੀਂ ਹੁੰਦੀ ਤੁਸੀਂ ਕਦੀ ਵੇਖਿਆ ਕਰੋ ਤੁਸੀਂ ਪੰਜ ਡੱਡੂ ਰੱਖ ਦੋ ਉਹਨਾਂ ਨੇ ਪੰਜਾਂ ਨੇ ਵੱਖੋ ਵੱਖ ਛਲੰਗਾਂ ਮਾਰਨੀਆਂ ਨੇ ਇੱਕ ਦੂਜੇ ਦੇ ਮਗਰ ਨਹੀਂ ਚੱਲਦੇ ਪੰਜ 10 ਰੱਖ ਦੋ ਇੱਥੇ ਤੁਸੀਂ ਰੱਖ ਦੋ ਉਹਨਾਂ ਨੇ ਕਿਸੇ ਨੇ ਇੱਥੇ ਛਲੰਗ ਮਾਰਨੀ ਕਿਹਾ ਨਹੀਂ ਉੱਥੇ ਛਲੰਗ ਮਾਰਨੀ ਕਿਹਾ ਨਹੀਂ ਇੱਥੇ ਤੇ ਡੱਡੂਆਂ ਦੀ ਜਣਾ ਪਸਾਰੀ ਨਹੀਂ ਹੈ ਇੱਕ ਪਾਸੇ ਮਤਲਬ ਇਹਨਾਂ ਨੇ ਇਕੱਠੇ ਹੋ ਕੇ ਨਹੀਂ ਚੱਲਣਾ ਉਹ ਡੱਡੂ ਸਨ ਤੇ ਡੱਡੂਆਂ ਦਾ ਸੁਭਾਅ ਉਹ ਜਿਹੜਾ ਡੱਡੂ ਦਾ ਸੁਭਾਅ ਸੀ ਜਿਹੜਾ ਮੈਂਡਕ ਦਾ ਸੁਭਾਅ ਸੀ ਪਿਛਲੇ ਜਨਮ ਦਾ ਉਹ ਜਿੰਦਾ ਰਹਿ ਗਿਆ ਸੀ ਔਰ ਇਸ ਜਨਮ ਤੇ ઋષਿ ਬਣ ਗਏ ਨੇ ਭਗਤੀ ਕਰਕੇ ਇੱਕ ਅੱਛਾ ਇਨਸਾਨੀ ਜਨਮ ਮਿਲ ਗਿਆ ઋષਿ ਬਣ ਕੇ ઋષਿ ਬਣਨ ਤੋਂ ਬਾਅਦ ਸੁਭਾਅ ਜਿਹੜਾ ਸੀ ਉਹ ਉਦਾਂ ਹੀ ਰਿਹਾ ਫਿਰ ਚਾਤੀ ਮਾਰ ਕੇ ਤੇ ਦੁਖੀ ਹੋ ਗਏ ਤੇ ਜਿਹੜੇ ਵੱਡੇ ਜਿਹੜੇ ઋષਿ ਸੰ ਉਹਨਾਂ ਦੇ ਅੱਗੇ ਬੇਨਤੀ ਕੀਤੀ ਕਿ ਮੇਰੇ ਤਾਂ ਸੁਭਾਅ ਮੈਨੂੰ ਪਤਾ ਲੱਗ ਗਿਆ ਮੈਂ ਤਾਂ ਮੈਂਡਕ ਸੀ ਪਿੱਛੇ ਤੇ ਫਿਰ ਕਹਿੰਦੇ ਫਿਰ ਕਹਿੰਦੇ ਉਹ ਤੇ ਚੀਜ਼ ਮੇਰੇ ਅੰਦਰ ਹਲੇ ਫਸੀ ਮਿੱਠੀ ਹੈ ਤੂੰ ਮਰੇਗੀ ਕਿਦਾਂ ਕਹਿੰਦੇ ਹੋਰ ਭਗਤੀ ਕਰੋ ਇਸ ਜਨਮ ਨੂੰ ਭਗਤੀ ਨੇ ਸਵਾਰ ਦਿੱਤਾ ਪਰ ਪੁਰਾਣੇ ਜਨਮਾਂ ਨੂੰ ਨਹੀਂ ਸਵਾਰਿਆ ਥੋੜੀ ਜੀ ਭਗਤੀ ਹੋਰ ਵੱਡੀ ਕਰ ਲੈ ਉਹ ਵੱਡੀ ਕੀਤੀ ਭਗਤੀ ਹੋਰ ਮਿਹਨਤ ਕੀਤੀ ਥੋੜਾ ਸੁਭਾਅ ਬਦਲਿਆ ਤੁਹਾਡਾ ਵੀ ਜਿਹੜਾ ਸਾਡਾ ਵੀ ਜਿਹੜਾ ਸੁਭਾਅ ਹੈ ਇਹ ਪੁਰਾਣੇ ਜਨਮਾਂ ਦਾ ਸੰਬੰਧ ਆ ਕਿਤੇ ਨਾ ਕਿਤੇ ਪੁਰਾਣੇ ਜਨਮਾਂ ਚ ਅਸੀਂ ਕਿਤੇ ਨਾ ਕਿਤੇ ਹੁਣ ਕਈ ਬੰਦੇ ਪਾਣੀ ਤੋਂ ਡਰਦੇ ਨੇ ਇਸ ਜਨਮ ਚ ਪਾਣੀ ਉਹਨਾਂ ਨੂੰ ਡਰ ਲੱਗਦਾ ਤੱਕ ਕਿਉਂ ਪੁਰਾਣੇ ਜਨਮ ਚ ਉਹਨਾਂ ਦੀ ਕਿਤੇ ਮੌਤ ਪਾਣੀ ਦੇ ਵਿੱਚ ਹੀ ਹੋਈ ਹੋਣੀ ਤਾਂ ਪਾਣੀ ਡਰ ਲੱਗਦਾ ਤੈਸ਼ਤ ਆਉਂਦੀ ਹੈ ਪਾਣੀ ਦੇ ਕੋਲ ਨਹੀਂ ਜਾਣਗੇ ਡਰਨਗੇ ਘਬਰਾਣਗੇ ਉਹ ਕਿਤੇ ਡੁੱਬ ਕੇ ਮਰੇ ਹੋਣੇ ਨੇ ਪੁਰਾਣੇ ਜਨਮ ਚ ਉਹ ਪਾਣੀ ਉਹਨਾਂ ਨੂੰ ਦਰੰਦ ਇਹ ਚੀਜ਼ ਆ ਨਾਲ-ਨਾਲ ਚੱਲਦੀਆਂ ਨੇ ਤੁਹਾਨੂੰ ਸਰੀਰ ਮਿਲ ਗਿਆ ਇਹਨਾਂ ਦੋਸ਼ਾਂ ਨੂੰ ਹੀ ਖਤਮ ਕਰਨ ਵਾਸਤੇ ਅਸੀਂ ਸਤਸੰਗੀ ਬਣਦੇ ਆਂ ਨਾਮੀ ਬਣਦੇ ਆਂ ਗੁਰਮੁਖਾਂ ਦੇ ਚਰਨਾਂ 'ਚ ਲੱਗਦੇ ਆਂ ਗੁਰੂ ਦੇ ਚਰਨਾਂ 'ਚ ਲੱਗਦੇ ਆਂ ਕਿ ਕਿਤੇ ਨਾ ਕਿਤੇ ਅਸੀਂ ਜਾ ਕੇ ਆਪਣੇ ਸੁਭਾਅ ਨੂੰ ਠੀਕ ਕਰ ਲਈ ਜਿੱਥੇ ਤੇ ਅਸੀਂ ਗਲਤ ਆਂ ਅਈ ਤੇ ਗਲਤ ਬਹੁਤ ਥਾਂ ਤੇ ਆ ਤੇ ਉਹ ਗਲਤੀਆਂ ਅਸੀਂ ਪਕੜ ਲਈਏ ਤੇ ਕੁਝ ਲੋਕ ਨੇ ਉਹ ਬੇਗੋਰੇ ਜੇ ਨੇ ਉਹ ਕਹਿੰਦੇ ਛੱਡ ਯਾਰ ਗੁਰੂ ਧਰਨ ਕੀਤਾ ਠੀਕ ਆ ਹਾਂ ਉਹਨਾਂ ਨੂੰ ਉਹਨਾਂ ਨੂੰ ਕੋਈ ਮਤਲਬ ਨਹੀਂ ਉਹਨਾਂ ਨੂੰ ਗੁਰੂ ਦਾ ਮਤਲਬ ਵੀ ਨਹੀਂ ਉਹ ਕਹਿੰਦੇ ਠੀਕ ਹੈ ਕਰਨ ਕਰ ਲਿਆ ਚਲੋ ਉਹ ਜਿਹੜੇ ਏਦਾਂ ਦੇ ਬੇਗੋਰੇ ਜੇ ਬੰਦੇ ਨੇ ਨਾ ਉਹ ਫਿਰ ਕੁਝ ਹਾਸਲ ਵੀ ਨਹੀਂ ਕਰਨਾ ਉਹਨਾਂ ਨੇ ਗੁਰੂ ਮਿਲ ਗਿਆ ਗਲਤੀ ਨਾਲ ਮਿਲਿਆ ਗੁਰੂ ਕਿ ਉਹਨਾਂ ਦੀ ਕਿਸਮਤ ਚੰਗੀ ਸੀ ਗੁਰੂ ਮਿਲ ਗਿਆ ਪਰ ਕਿਸਮਤ ਮਾੜੀ ਹੈ ਕਿ ਗੁਰੂ ਕੋਲ ਕੁਝ ਲੈ ਨਹੀਂ 파 ਰਹੇ ਉੱਥੇ ਦੇ ਉੱਥੇ ਵਿੱਚ ਕੁਝ ਨਹੀਂ ਮਿਲਿਆ ਗੁਰੂ ਕੋਲੋਂ ਸਲ ਨਹੀਂ ਕਰ ਸਕੇ ਜਿਹੜੀਆਂ ਚੀਜ਼ਾਂ ਲੈਣੀਆਂ ਸੀ ਉਹ ਬੇਗੋਰਾ ਜਿਹਾ ਬੇਪਰਵਾਹੀ ਜੀ ਉਹ ਛੱਡ ਯਾਰ ਔਰ ਛੱਡ ਨਾਮ ਕੀ ਜਪਣਾ ਯਾਰ ਛੱਡ ਪਰ ਕੋਈ ਨਹੀਂ ਫਿਰ ਜਦੋਂ ਕੋਈ ਗੁਰੂ ਦੇ ਕੋਦੇ குரு ਦੇ ਕੋਲ ਚਰਨਾ ਚ ਪਹੁੰਚੇ ਤੇ ਉਦੋਂ ਕਿਤੇ ਥੋੜਾ ਬਹੁਤ ਨਾਮ ਧਿਆਨ ਕਰ ਲਿਆ ਉਹ ਕਿਸਮਤ ਚੰਗੀ ਸੀ ਕਿ ਪੁਰਾਣੇ ਜਨਮਾਂ ਚ ਕੋਈ ਚੰਗੇ ਕਰਮ ਕੀਤੇ ਸੀ ਉਹ ਕਰਮ ਸਾਹਮਣੇ ਆ ਗਏ ਨੇ ਗੁਰੂ ਮਿਲ ਗਿਆ ਗਲਤੀ ਨਾਲ ਮਿਲ ਗਿਆ ਮੈਨੂੰ ਕਹਿੰਦਾ ਗਲਤੀ ਨਾਲ ਮਿਲ ਗਿਆ ਭਾਗ ਚੰਗੇ ਨੇ ਗੁਰੂ ਮਿਲ ਗਿਆ ਭਾਗ ਨਕੰਮੇ ਕਰ ਰਹੇ ਆ ਗੁਰੂ ਕੋਲ ਕੁਝ ਹਾਸਲ ਨਹੀਂ ਕਰ ਰਹੇ ਐਦਾਂ ਹੀ ਬਸ ਨਾਮ ਜਪਦੇ ਨਹੀਂ ਅੰਮ੍ਰਿਤ ਵੇਲੇ ਉੱਠਦੇ ਨਹੀਂ ਐਵੇਂ ਜਨਮ ਬਿਰਥਾ ਗਵਾ ਕੇ ਬੈਠੇ ਆ ਬਿਨਾਂ ਗਲਤੇ ਅੰਨੇ ਹੋਏ ਪਏ ਲੜਾਈਆਂ ਝਗੜੇ ਕਲਾ ਕਲੇਸ਼ ਘਰ ਘਰੇਲੂ ਚੀਜ਼ਾਂ ਬਸ ਕੁਛ ਨਹੀਂ ਸਮਝ ਪੈਂਦੀ ਭਈ ਬੰਦੇ ਨੂੰ ਕੀ ਹੋਸ਼ ਹੀ ਨਹੀਂ ਹੈਗੀ ਉਹਨੇ ਜਦੋਂ ਮਰਨਾ ਹੈ ਨਾ ਤੇ ਜੋ ਜਮਾ ਨਹੀਂ ਆਉਣਾ ਗੁਰੂ ਗੁਰੂ ਨੇ ਨਹੀਂ ਲੈਣਾ ਨਾ ਗੁਰੂ ਗੁਰੂ ਕੀਤਾ ਨਹੀਂ ਤੇ ਗੁਰੂ ਗੁਰੂ ਨੇ ਲੈਣ ਨਹੀਂ ਆਉਣਾ ਗੁਰੂ ਗੁਰੂ ਗੁਰ ਕਰਮਨ ਮਨ ਮੋਰ ਗੁਰੂ ਬਿਨਾ ਮੈਂ ਤੇ ਗੁਰੂ ਗੁਰੂ ਨੇ ਲੈਣ ਵੀ ਨਹੀਂ ਆਉਣਾ ਗੁਰੂ ਕਿਉਂ ਲੈਣ ਆਵੇਗਾ ਤੁਸੀਂ ਕਿੰਨੀ ਕਵਾਰੀ ਗੁਰੂ ਗੁਰੂ ਕੀਤਾ ਦਿਨ ਚ ਜਿਹੜਾ ਗੁਰੂ ਲੈਣ ਆਵੇਗਾ ਗੁਰੂ ਲੈਣ ਨਹੀਂ ਆਉਂਦੀ ਇਹੋ ਜੀਆਂ ਰੂਹਾਂ ਨੂੰ ਗੁਰੂ ਨਕਾਰ ਦਿੰਦਾ ਵहां ਪਕੜ ਗੁਰੂ ਕਾੜਿਆ ਉਹ ਫਿਰ ਬਾਹ ਜੜੀ ਹੁੰਦੀ ਛੁੱਟ ਜਾਂਦੀ ਬੰਦੇ ਦੀ ਗੁਰੂ ਤੋਂ ਉਹ ਫਿਰ ਛੱਡ ਦਿੰਦਾ ਕਹਿੰਦਾ ਜਾ ਯਾਰ ਤੂੰ ਕਰ ਲੈ ਆਪਣਾ ਦਿਲ ਜੋ ਰਾਜੀ ਕਰਨਾ ਉਹ ਜਿਹੜੀਆਂ ਚੀਜ਼ਾਂ ਤੇਰੇ ਰਹਿ ਗਈਆਂ ਨੇ ਮਨੋ ਕਾਮਨਾ ਜਿਹੜੀਆਂ ਤੇਰੀਆਂ ਪੂਰੀਆਂ ਨਹੀਂ ਹੋਈਆਂ ਤੂੰ ਜੋ ਦੁਨੀਆ ਦੇ ਵਿੱਚ ਆ ਕੇ ਜਿੰਨੇ ਵੀ ਤੂੰ ਗੰਦੇ ਮੰਦੇ ਕੰਮ ਕਰਨੇ ਸਨ ਕਰ ਲੈ ਆਪਣਾ ਢਿੱਡ ਭਰ ਲੈ ਗੁਰੂ ਛੱਡ ਦਿੰਦਾ ਉਹਨਾਂ ਦੇ ਹਾਲਾਤਾਂ ਤੇ ਫਿਰ ਉਹ ਤੱਕੇ ਖਾਂਦੇ ਨੇ ਉਹ ਤੱਕੇ ਖਾ ਕੇ ਫਿਰ ਰੱਬ ਦੇ ਘਰ ਚ ਕਦੀ ਨਹੀਂ ਪਹੁੰਚਦੀਆਂ ਰੂਹਾਂ ਉਹਤੇ ਹੀ ਫਸੀਆਂ ਬੈਠੀਆਂ ਜਿੰਦੀਆਂ ਬਸ ਇਹ ਬਹੁਤ ਵੱਡਾ ਟਾਸਕ ਹੈ ਗੁਰਮੁਖ ਬੰਨਾ ਫਿਰ ਗੁਰਮੁਖਤਾ ਨਿਭਾਣੀ ਪੁੱਤਰ ਤੇ ਬਣ ਗਿਆ ਮੈਂ ਪਰ ਕਿਆ ਮੇਰੇ ਪੁੱਤਰ ਬਣ ਕੇ ਮੇਰਾ ਜੀਵਨ ਉਤਰ ਜੇਗਾ ਨਹੀਂ ਤਰੇਗਾ ਪੁੱਤਰ ਚੰਗਾ ਪੁੱਤਰ ਬਣਾਂਗਾ ਤਾਂ ਹੀ ਮੈਂ ਆਪਣੇ ਮਾਂ ਤੇ ਪਿਓ ਨੂੰ ਖੁਸ਼ ਰੱਖ ਸਕਾਂਗਾ ਨਕਮੇ ਪੁੱਤਰ ਪੁੱਤਰ ਕੱਲਾ ਪੁੱਤਰ ਹੀ ਆ ਜੀ ਮੈਂ ਪੁੱਤਰ ਕਪੁੱਤਰ ਹੋ ਜਾਂਦੇ ਨੇ ਪੁੱਖ ਕਪੁੱਤਰ ਮਤਲਬ ਜਿਹੜੇ ਬੰਦੇ ਮਾਂ-ਬਾਪ ਦੇ ਆਖੇ ਹੀ ਨਹੀਂ ਹੈਗੇ ਉਜਾੜਾ ਪਾ ਕੇ ਬੈਠੇ ਨੇ ਉਹ ਤੇ ਫਿਰ ਗਾਲਾਂ ਕੱਢਦੇ ਨੇ ਮਾਂ-ਬਾਪ ਨੂੰ ਤੇ ਮਾਂ-ਬਾਪ ਉਹਨਾਂ ਨੂੰ ਗਾਲਾਂ ਕੱਢਦੇ ਨੇ ਸਾਰੀ ਉਮਰ ਇਹੋ ਝਗੜੇ ਚੱਲਦੇ ਨੇ ਤੁਸੀਂ ਗੱਲ ਕਰ ਰਹੇ ਹੋ ਪਰਮਾਤਮਾ ਦੀ ਉਹ ਪਰਮਾਤਮਾ ਜਿਹੜਾ ਸਭ ਕੁਝ ਹੈ ਸਾਡਾ ਇੱਕ ਛੋਟੀ ਜੀ ਸੋਚ ਇੱਕ ਸੋਚ ਹੈ ਛੋਟੀ ਜੀ ਪਤੀ ਕਦੀ ਪਿਤਾ ਬਣ ਸਕਦਾ ਔਰ ਪਿਤਾ ਕਦੀ ਪਤੀ ਬਣ ਸਕਦਾ ਮਾਂ ਕਦੀ ਔਰਤ ਬਣ ਸਕਦੀ ਹੈ ਔਰਤ ਕਦੀ ਮਾਂ ਬਣ ਸਕਦੀ ਹੈ ਮਾਂ ਨੇ ਮਾਂ ਰਹਿਣਾ ਪਿਓ ਨੇ ਪਿਓ ਰਹਿਣਾ ਪਤੀ ਨੇ ਪਤੀ ਰਹਿਣਾ ਪਤਨੀ ਨੇ ਪਤੀ ਰਹਿਣਾ ਬੱਚੇ ਨੇ ਬੱਚੇ ਰਹਿਣਾ ਠੀਕ ਹੈ ਕਿ ਨਹੀਂ ਇਹੋ ਹੀ ਰਿਸ਼ਤੇ ਨੇ ਨਾ ਉਹ ਜਿਹੜਾ ਬੈਠਾ ਨਾ ਰੱਬ ਮਾਰੇ ਕੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਣੀ ਥਾਈ ਤਾਂਪੋ ਕੇ ਹਾਂ ਕਾੜਾ ਜਿਉ ਉਸ ਪਰਮਾਤਮਾ ਨੂੰ ਵੇਖੋ ਉਹ ਖਸਮ ਵੀ ਬਣ ਜਾਂਦਾ ਇੱਕ ਸਮੇਂ ਤੇ ਹੈ ਖਸਮ ਵੀ ਸਾਰੇ ਠਾਂ ਕਮजात ਉਹ ਖਸਮ ਵੀ ਬਣ ਜਾਂਦਾ ਪਤੀ ਵੀ ਬਣ ਜਾਂਦਾ ਤੇ ਦੂਜੇ ਹੀ ਪਲ ਕੀ ਬਣ ਜਾਂਦਾ ਤੂੰ ਠਾਕੁਰ ਮਾਤ ਪਿਤਾ ਉਹ ਮਾਤ ਪਿਤਾ ਵੀ ਬਣ ਜਾਂਦੇ ਮਿੰਟਾਂ ਚ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਹਰ ਜੀ ਉਹ ਪ੍ਰਿਤਪਾਲਕ ਹਰ ਜੀ ਮੇਰੀ ਸਾਰ ਕਰੇ ਮੈਨੂੰ ਤਾਰ ਵੀ ਦਿੰਦਾ ਮੇਰੇ ਰੱਖਿਆ ਵੀ ਕਰਦਾ ਕਮਾਲ ਦੀ ਗੱਲ ਹੈ ਉਹ ਇੱਕ ਸਭ ਕੁਝ ਕਰ ਸਕਦਾ ਹਾਂ ਜੀ ਸਭ ਕੁਝ ਕਰ ਸਕਦਾ ਉਦੇ ਨਾਲ ਜੁੜਨ ਦੀ ਗੱਲ ਕਰਨੀ ਹੈ ਗੁਰੂ ਉਹ ਹੀ ਜੋੜਦਾ ਹੈ ਕਿ ਤੁਹਾਨੂੰ ਉਸ ਇੱਕ ਨਾਲ ਇੱਕ ਓੰਕਾਰ ਨਾਲ ਪਰਮਾਤਮਾ ਨਾਲ ਜੋੜ ਦਿੰਦਾ ਜਿਹਦੇ ਨਾਲ ਤੁਹਾਡੇ ਇੰਨੇ ਰਿਸ਼ਤੇ ਬਣ ਜਾਂਦੇ ਨੇ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਅਸੀਂ ਬੱਚੇ ਬਣ ਜਾਂਦੇ ਹਾਂ ਉਸ ਪਰਮਾਤਮਾ ਕਿੰਨੇ ਅਨੇਕ ਰਿਸ਼ਤੇ ਨੇ ਕਦੀ ਸੋਚਣਾ ਇੱਕ ਰਿਸ਼ਤਾ ਥੋੜੀ ਹੈ ਰੱਬ ਦੇ ਨਾਲ ਪਤੀ ਵੀ ਹੈ ਹੈਗਾ ਨਹੀਂ ਹੈਗਾ ਰੱਬ ਪਤੀ ਔਰ ਦੱਸੋ ਬੀਬੀਆਂ ਦੱਸੋ ਅਸਲੀ ਪਤੀ ਕੌਣ ਹੈ ਤੁਹਾਡਾ ਉਹ ਬਿਠਾ ਅਸਲੀ ਪਤੀ ਇੱਥੇ ਤੇ ਦੁਨੀਆ ਚ ਨਕਲੀ ਪਤੀ ਹੈ ਤੁਹਾਡਾ ਅਸਲੀ ਪਿਤਾ ਕੌਣ ਦੱਸੋ ਕੌਣ ਹੈ ਬੋਲੋ ਖੁੱਲ ਕੇ ਇਰੇ ਵਿੱਚ ਵੀ ਕੋਈ ਸ਼ਰਮ ਰੱਖਣੀ ਤੇ ਕਾਦੀ ਸ਼ਰਮ ਰੱਖੀ ਅਸਲੀ ਪਿਤਾ ਅਸਲੀ ਪਤੀ ਅਸਲੀ ਮਾਤਾ ਅਸਲੀ ਪ੍ਰਿਤਪਾਲਕਾ ਸਭ ਕੁਝ ਆਪ ਹੀ ਹੈ ਤੇ ਜਿਹੀ ਜੁੜਨਾ ਹੀ ਨਹੀਂ ਉਹਦੇ ਨਾਲ ਉਹਦੇ ਨਾਲ ਤਾਲਮੇਲ ਹੀ ਨਹੀਂ ਬਣਨਾ ਉਹਦੇ ਵਾਸਤੇ ਅੰਮ੍ਰਿਤ ਵੇਲੇ ਉੱਠਣਾ ਹੀ ਨਹੀਂ ਉਹਦੇ ਵਾਸਤੇ ਕੁਝ ਕਰਨਾ ਹੀ ਨਹੀਂ ਸੰਗਤ ਵੀ ਨਹੀਂ ਕਰਨੀ ਉਹਦੇ ਬਾਰੇ ਸੋਚਣਾ ਵੀ ਨਹੀਂ ਸਾਰਾ ਸਾਰਾ ਦਿਨ ਨਿਕਲ ਜਾਵੇਗਾ ਟੀਵੀ ਵੇਖਣ ਨਹੀਂ ਹੈ ਬੈਠੇ ਬੈਠੇ ਵੇਲੇ ਗੱਪਾਂ ਮਾਰ ਛੜਨੀਆਂ ਤਾਸ਼ਾਂ ਖੇਡ ਲੈਣੀਆਂ ਉਲਟੇ ਕੰਮ ਕਟ ਛੜਨੇ ਬਾਹਰ ਅੰਦਰ ਫਿਰ ਛੜਨਾ ਸਾਰੇ ਗੰਦੇ ਮੰਦੇ ਕੰਮ ਕਟ ਛੜਨੇ ਉਹਦਾ ਨਾਮ ਹੀ ਨਹੀਂ ਜਪਣਾ ਕਾਹਦਾ ਜੀਵਨ ਅਸੀਂ ਜੀ ਰਹੇ ਹਾਂ ਇਹ ਕੋਈ ਜੀਵਨ ਥੋੜੀ ਹੈ ਇਹ ਕੋਈ ਜ਼ਿੰਦਗੀ ਹੈ ਇਸ ਜ਼ਿੰਦਗੀ ਨੂੰ ਤਾਂ ਖਤਮ ਕਰ ਲੈਣਾ ਚੰਗਾ ਆ ਮਹਾਰਾ ਹੀ ਕਹਿੰਦੇ ਨੇ ਆਖਾਂ ਜੀਵਾ ਗੁਰੂ ਨਾਨਕ ਘਰ ਦੀ ਬਾਣੀ ਹੈ ਆਖਾਂ ਜੀਵਾ ਬਿਸਰੇ ਮਰ ਜਾਉ ਅਈ ਮਰ ਜਾਣਾ ਚੰਗਾ ਸਾਨੂੰ ਜਿਹੀ ਰੱਬ ਤੋਂ ਟੁੱਟ ਗਏ ਅਈ ਜ਼ਿੰਦਾ ਕਿਉਂ ਆ ਕਿਉਂਕਿ ਮਹਾਰਾ ਹੀ ਤੁਹਾਨੂੰ ਯਾਦ ਕਰਦੇ ਰੱਬ ਨੂੰ ਨਾਲ ਹੀ ਤੇ ਰੱਖਣਾ ਇਹ ਕਿਹੜਾ ਔਖਾ ਕੰਮ ਹੈ ਸਵੇਰੇ ਉਠੋ ਜਿੱਥੇ ਮਰਜੀ ਜਾਓ ਜੋ ਮਰਜੀ ਕਰੋ ਇੱਕ ਵਾਰ ਰੱਬ ਨੂੰ ਯਾਦ ਕਰ ਲਓ ਮਹਾਰੇ ਨੂੰ ਚੇਤੇ ਕਰਕੇ ਕਹਿ ਦਿਓ ਮਹਾਰਾ ਜੀ ਤੁਸੀਂ ਮੇਰੇ ਨਾਲ ਹੈਗੇ ਕਿ ਨਹੀਂ ਹੈਗੇ ਬਸ ਇੰਨੀ ਯਾਦ ਹੀ ਤੇ ਕਰਨਾ ਦੁਕਾਨ ਗਏ ਆ ਤੇ ਮਹਾਰਾ ਜੀ ਮੇਰੇ ਨਾਲ ਚੱਲੋ ਜਿਵੇਂ ਮਉਣ ਸਵੇਰੇ ਮੱਥਾ ਟੇਕਿਆ ਮਹਾਰਾ ਜੀ ਨੂੰ ਅਰਦਾਸ ਕੀਤੀ ਤੇ ਮੈਂ ਮਹਾਰੇ ਨੂੰ ਕਿਹਾ ਅੰਗ ਸੰਗ ਸਹੀ ਰਹਿਣਾ ਮਹਾਰਾ ਜੀ ਤੁਸੀਂ ਮੇਰੇ ਨਾਲ ਜਾਣਾ ਤੁਸੀਂ ਮੇਰੇ ਨਾਲ ਨਾਲ ਰਹਿਣਾ ਮੈਨੂੰ ਜਿੱਥੇ ਵੀ ਲੈ ਕੇ ਜਾਣਾ ਤੁਸੀਂ ਲੈ ਕੇ ਜਾਣਾ ਸਤਸੰਗ ਵੀ ਤੁਸੀਂ ਕਰਨਾ ਸੰਗਤ ਵੀ ਤੁਸੀਂ ਬੁਲਾਉਣੀ ਹੈ ਤੇ ਉਹਨਾਂ ਦੀ ਝੋਲੀਆਂ ਵੀ ਤੁਸੀਂ ਆਪ ਹੀ ਭਰਨੀ ਤੁਹਾਡਾ ਕੰਮ ਹੈ ਮਾਰੇ ਮੇਰਾ ਕੰਮ ਨਹੀਂ ਹੈ ਇੰਨੀ ਯਾਦ ਹੀ ਤੇ ਕਰਨਾ ਮਾਰੇ ਨੂੰ ਚੇਤਾ ਕਰਨਾ ਇਹਦੇ ਵਿੱਚ ਕਿਹੜਾ ਬੋਝ ਦਾ ਕੰਮ ਹੈ ਕੋਈ ਸਿਰ ਤੇ ਭਾਰ ਪੈਣਾ ਇੰਨੀ ਗੱਲ ਕਰਦੇ ਮੇਰੇ ਨਾਲ ਨਾਲ ਰਹੋ ਬਸ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਮੇਰੇ ਨਾਲ ਰਹੁ ਬਸ ਜਦੋਂ ਉਹਨੇ ਨਾਲ ਰਹਿਣਾ ਨਾ ਤੁਸੀਂ ਇੱਕ ਕਿਤਾਬ ਲਿਖ ਦੋ ਜਦੋਂ ਰੱਬ ਨਾਲ ਨਹੀਂ ਸੀ ਤੁਸੀਂ ਤੁਹਾਡਾ ਮਨ ਦਾਮਾਂ ਡੋਲ ਰੇਂਦਾ ਸੀ ਉਲਟੇ ਕੰਮ ਕਰਨ ਦਾ ਦਿਲ ਕਰਦਾ ਸੀ ਉਲਟੇ ਪਾਸੇ ਪਜਦਾ ਸੀ ਦਿਲ ਚਿੱਤ ਮਨ ਲੱਗਦਾ ਨਹੀਂ ਸੀ ਹਾਲਾਤ ਖਰਾਬ ਸਨ ਬਹੁਤ ਗੜਬੜ ਸੀ ਬਹੁਤ ਭਟਕੇ ਪਏ ਸਨ ਪਰ ਜਦੋਂ ਅੱਜ ਰੱਬ ਨਾਲ ਹੈ ਗੁਰੂ ਨਾਲ ਹੈ ਕਿਹਦੀ ਤਾਕਤ ਹੈ ਕੋਈ ਭਟਕ ਜਾਵੇ ਕੋਈ ਗਲਤ ਰਸਤੇ 'ਤੇ ਚਲ ਪਵੇ ਕੁਝ ਹੋ ਜੇ ਉਸ ਇਨਸਾਨ ਨੂੰ ਕੁਝ ਨਹੀਂ ਹੋ ਸਕਦਾ ਗਰੀਬੀ ਵੀ ਚੰਗੀ ਲੱਗੇਗੀ ਉਸ ਵਕਤ ਜਿਸ ਵਕਤ ਮੇਰਾ ਸ਼ਹਿਨशाह ਮੇਰਾ ਮਾਲਕ ਤੁਹਾਡੇ ਨਾਲ ਬੈਠਾ ਉਹ ਗਰੀਬੀ ਵੀ ਚੰਗੀ ਲੱਗੇਗੀ ਉਹ ਗਰੀਬੀ ਵੀ ਅੰਮ੍ਰਿਤ ਹੈ ਉਹ ਰੋਗ ਵੀ ਰੋਗ ਨਹੀਂ ਰਹੇਗਾ ਜਦੋਂ ਮੇਰਾ ਮਾਲਕ ਤੁਹਾਡੇ ਨਾਲ ਹੈ ਤੁਸੀਂ ਕਹੋਗੇ ਬਿਮਾਰੀ ਵੀ ਬਿਮਾਰੀ ਨਹੀਂ ਹੈ ਪੱਕੀ ਗੱਲ ਹੈ ਪੰਚਮ ਪਾਤਸ਼ਾਹ ਜੀ ਦ ਪ੍ਰਮਾਨ ਹੈ ਮੈਂ ਜਿਹੜੀ ਸ਼ਾਂਤੀ ਦੀ ਗੱਲ ਕੀਤੀ ਸੀ ਪੰਚਮ ਪਾਤਸ਼ਾਹ ਜੀ ਨੂੰ ਜਹਾਂਗੀਰ ਨੇ ਕੈਦ ਕਰਾ ਕੇ ਬਹੁਤ ਤਸੀਹੇ ਦਿੱਤੇ ਪੰਜਵੇਂ ਗੁਰੂ ਨਾਨਕ ਕਸੂਰ ਕੁਝ ਵੀ ਨਹੀਂ ਹੈ ਗੁਰੂ ਸਲਾਖਾਂ ਦੇ ਵਿੱਚ ਜੇਲ੍ਹ ਖਾਨਿਆਂ ਦੇ ਵਿੱਚ ਬੰਦ ਕਰ ਦਿੱਤੇ ਨੇ ਗੁਰੂ ਮਹਾਰਾਜ ਜੀ ਨੂੰ ਤੱਤਿਆਂ ਰੇਤਾਂ ਪੁਆਈਆਂ ਨੇ ਤੱਤਿਆਂ ਤਵੀਆਂ ਤੇ ਬੈਠ ਬਿਠਾ ਦਿੱਤਾ ਪਰ ਮਹਾਰਾਜ ਜੀ ਨੂੰ ਕੋਈ ਸੀ ਤੱਕ ਨਹੀਂ ਕਰ ਰੇ ਅੱਖ ਬੰਦ ਕਰਕੇ ਸ਼ਾਂਤ ਸਰੂਪੋ ਕੇ ਬੈਠੇ ਉੱਥੇ ਜਿਹੜੇ ਬੰਦੇ ਸਨ ਨਾ ਜਿਹੜੇ ਇਹ ਜ਼ੁਲਮ ਕਰ ਰਹੇ ਸਨ ਉਹਨਾਂ ਦੇ ਵੀ ਮਨ ਡੋਲ ਗਏ ਨੇ ਉਹ ਵੀ ਆਪਸ ਵਿੱਚ ਗੱਲਾਂ ਕਰਦੇ ਨੇ ਕਿ ਧਾਨਾ ਹੈ ਇਹ ਮਨੁੱਖ ਇਹ ਟਾਮਡੋਲੀ ਨਹੀਂ ਅੱਖ ਬੰਦ ਕਰਕੇ ਚੁੱਪਚਾਪ ਬਿਠੇ ਸੀ ਤੱਕ ਨਹੀਂ ਕੀਤੀ ਮਾਰੇ ਨੇ ਤੇ ਤੁਸੀਂ ਏਸੀ ਦੇ ਵਿੱਚ ਬੈਠੇ ਹੋ ਠੰਡ ਵਿੱਚ ਬੈਠੇ ਹੋ ਘਰ 'ਚ ਤੁਹਾਡੇ ਕਮਰੇ ਕਮਰੇ 'ਚ 에어 ਕੰਡੀਸ਼ਨ ਲੱਗੇ ਨੇ ਸੀ ਤੇ ਤੇ ਜੁੱਤੀਆਂ ਲੈ ਕੇ ਇੱਕ ਦੂਜੇ ਨੂੰ ਮਾਰਨ ਲੱਗ ਪੈਂਦੇ ਸੀ ਤੇ ਗੱਲ ਛੱਡ ਲੜਨ ਗੁੱਸਾ ਇੰਨਾ ਤਾਪ ਇੰਨਾ ਕਰੋਧ ਕਿੱਥੋਂ ਆ ਰਿਹਾ ਸਾਨੂੰ ਆਪਣੇ ਆਪ ਨੂੰ ਠੀਕ ਕਰਨ ਦੀ ਲੋੜ ਸੁਧਾਰਨ ਦੀ ਲੋੜ ਹੈ ਠੰਡ ਵਿੱਚ ਵੀ ਬੈਠ ਕੇ ਬੰਦੇ ਕਲਪਨ ਇਹ ਇਹ ਕਲਯੁਗੀ ਹੈ ਗੁਰੂ ਤੱਤਿਆਂ ਤਵੀਆਂ ਤੇ ਬੈਠ ਕੇ ਵੀ ਨਾ ਸੀ ਕਰਨ ਕਮਾਲ ਉਹ ਕਿਹੜੀ ਚੀਜ਼ ਹੈ ਉਹ ਕਹਿੰਦਾ ਧਿਆਨ ਖੁੱਭ ਗਿਆ ਮਹਾਰਾ ਹੀ ਚ ਧਿਆਨ ਜੁੜਿਆ ਤੋ ਇਹ ਕਹਿੰਦਾ ਧਿਆਨ ਰੱਬ ਵਿੱਚ ਕਰੋ ਤੈਨੂੰ ਗਰਮੀ ਵੀ ਕੁਝ ਨਹੀਂ ਕਹਵੇਗੀ ਬਾਹਰ ਨਿਕਲ ਕੇ ਵੇਖ ਲੋ ਤੈਨੂੰ ਗਰਮੀ ਨਹੀਂ ਕੁਝ ਕਹਵੇਗੀ ਠੰਡ ਵੀ ਨਹੀਂ ਕੁਝ ਕਹਿੰਦੀ ਧਿਆਨ ਹੀ ਨਹੀਂ ਨਾ ਹੈਗਾ ਤਾਂ ਹੀ ਤਾਂ ਬੰਦੇ ਕਬਰਾਂ ਹੁੰਦੇ ਨੇ ਕਾਹੀ ਤਾਂ ਬੰਦੇ ਦੁਖੀ ਬੈਠੇ ਨੇ ਰੱਬ ਚ ਧਿਆਨ ਹੀ ਨਹੀਂ ਖੁੱਭਿਆ ਦੁਨੀਆ ਚ ਧਿਆਨ ਹੈ ਹਾਏ ਮਰ ਗਏ ਹਾਏ ਸਾਡੇ ਗੋਡੇ ਉਹ ਗੋਡਿਆਂ 'ਚ ਧਿਆਨ ਕਰ ਲਿਆ ਜੇ ਇਹੋ ਹੀ ਧਿਆਨ ਚੁੱਕ ਕੇ ਰੱਬ 'ਚ ਕਰ ਲਓ ਸਿੱਧੀ ਜੀ ਗੱਲ ਹੈ ਬੁੱਲਿਆ ਰੱਬ ਦਾ ਕੀ ਪਉਣਾ ਇਧਰੋਂ ਪੁੱਟਣਾ ਇਧਰ ਲੰਮਣਾ ਕੀ ਰੱਬ ਦਾ ਪਉਣਾ ਰੱਬ ਦਾ ਕੀ ਪਉਣਾ ਮਤਲਬ ਤੁਸੀਂ ਆਪਣਾ ਧਿਆਨ ਜਿਹੜਾ ਦੁਨੀਆਂ 'ਚ ਖੁੱਬਾ ਹੋਇਆ ਨਿਆਣਿਆਂ 'ਚ ਖੁੱਬਾ ਹੈ ਦੁਕਾਨਾਦਾਰੀਆਂ ਚ ਖੁਬ ਖੁਬ ਹੈ ਲੋਕਾਚਾਰੀਆਂ ਚ ਖੁਬ ਹੈ ਭੈਣਾ ਭਰਾਵਾਂ ਚ ਖੁਬ ਹੈ ਦੋਸਤਾਂ ਮਿੱਤਰਾਂ ਚ ਖੁਬ ਹੈ ਚੁੱਕੋ ਧਿਆਨ ਨੂੰ ਉਸ ਧਿਆਨ ਨੂੰ ਮਾਰੇ ਦੇ ਵਿੱਚ ਖੁਬ ਦੋ ਜਾ ਕੇ ਚਿਤਨਾ ਭਇਓ ਹਮਰੋ ਆਮਣ ਕੇ ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੇ ਪ੍ਰਭੂ ਤੇਰੇ ਚਰਨਾਂ ਚ ਖੁਬ ਗਈ ਸੁਰਤ ਕਹਾਣੀ ਖਤਮ ਤਰੀਕਾ ਹੀ ਤੇ ਅਪਣਾਣਾ ਉਹ ਧਿਆਨ ਜਿਹੜਾ ਤੁਹਾਡੇ ਗੋਡਿਆਂ ਚ ਫਸਿਆ ਬੈਠਾ ਉਹ ਗੋਡਿਆਂ ਚ ਚੁੱਕ ਕੇ ਰੱਬ ਵਿੱਚ ਹੀ ਤੇ ਫਸਾਣਾ ਸਿੱਧੀ ਜੀ ਗੱਲ ਹੈ ਖਾਏ-ਖਾਏ ਤੋਬਾ-ਤੋਬਾ ਮਚਾ ਰੱਖੀਏ ਉਹ ਚੁੱਕ ਕੇ ਤੇ ਰੱਬ ਵਾਲੇ ਪਾਸੇ ਲਗਾਉਣਾ ਬਸ ਇਹੋ ਹੀ ਤਾਂ ਯੁਕਤੀ ਸਿੱਖਣੀ ਹੈ ਇਸੇ ਕਾਰਨ ਤੇ ਸਤਸੰਗਾਂ ਦੀ ਲੋੜ ਹੈ ਇਸੇ ਕਾਰਨ ਤੇ ਸਸੰਗੀਆਂ ਦੀ ਲੋੜ ਹੈ ਇਸੇ ਕਾਰਨ ਤੇ ਗੁਰਮੁਖਾਂ ਦੀ ਲੋੜ ਹੈ ਇਸੇ ਕਾਰਨ ਤੇ ਗੁਰੂਆਂ ਦੀ ਲੋੜ ਹੈ ਮਹਾਪੁਰਖਾਂ ਦੀ ਲੋੜ ਹੈ ਸਾਧੂਆਂ ਦੀ ਲੋੜ ਹੈ ਕਿਉਂ ਸਾਧੂ ਕਾਦੇ ਸਾਧੂ ਚਾਹੀਦੇ ਨੇ ਸਾਧੂ ਉਹ ਨੇ ਜਿਹੜੇ ਆਪ ਜੁੜੇ ਬੈਠੇ ਨੇ ਰੂਹਾਂ ਜੁੜੀਆਂ ਹੋਈਆਂ ਤਾਰਾਂ ਜੁੜੀਆਂ ਬੈਠੀਆਂ ਨੇ ਉਹ ਤੁਹਾਨੂੰ ਵੀ ਜੋੜ ਦੀਆਂ ਨੇ ਕਹਿੰਦੇ ਤੁਸੀਂ ਉਹਨਾਂ ਨਾਲ ਜੁੜੋ ਉਸ ਆਕਾਲ ਪੁਰਖ ਨਾਲ ਜੁੜੋ ਵਾਹਿਗੁਰੂ ਨਾਲ ਜੁੜੋ ਜੁੜੋ ਨਾ ਪਟਕੋ ਨਾ ਹੋਵੋ ਗੁਮਰਾ ਚੀਜ਼ਾਂ ਸਾਰੀਆਂ ਮਿਲ ਜਾਣੀਆਂ ਨੇ ਕੋਈ ਕਮੀ ਨਹੀਂ ਆਉਣੀ ਕਿਸੇ ਚੀਜ਼ ਦੀ ਵੀ ਤੁਹਾਨੂੰ ਸਭ ਕੁਝ ਮਿਲ ਜਾਣਾ ਇੱਕ ਨਹੀਂ ਮਿਲਣਾ ਰੱਬ ਨੇ ਨਹੀਂ ਮਿਲਣਾ ਚੀਜ਼ਾਂ ਤੁਹਾਡੇ ਮਗਰ ਮਗਰ ਪਜਣੀਆਂ ਨੇ ਤੁਸੀਂ ਮੈਨੂੰ ਦੱਸੋ ਤੁਸੀਂ ਤੁਹਾਡੇ ਕੋਲ ਅੱਜ ਸਭ ਕੁਝ ਹੈ ਘਰ 'ਚ ਰੋਟੀ ਹੈ ਕਿੰਨੇ ਕਿੰਨੇ ਚਿਰ ਦੀ ਰੋਟੀ ਪਈ ਹੈ ਮਤਲਬ ਕਿ ਮਹੀਨਾ ਮਹੀਨਾ ਨੰਗ ਜਾਏਗਾ ਚਲੋ ਮਹੀਨਾ ਨਾ ਨੰਗੇ ਕੋਈ ਬਹੁਤ ਗਰੀਬ ਹੈ ਗਰੀਬ ਦੇ ਘਰ ਵਿੱਚ ਵੀ 2-4 ਦਿਨ ਦਾ ਰਾਸ਼ਨ ਤੇ ਪਿਆ ਹੀ ਹੋਵੇਗਾ ਕੋਈ ਨਾ ਕੋਈ ਪਿਆ ਕਿ ਨਹੀਂ ਪਿਆ ਗਰੀਬ ਤੋਂ ਗਰੀਬ ਬੰਦਾ ਹੋਵੇ 2 ਤੇ 4 ਦਿਨ ਦੀ ਉਹਦੇ ਘਰ 'ਚ ਰੋਟੀ ਆਟਾ ਪਿਆ ਹੋਇਆ ਇੱਕਕੋ ਦਾਲ ਪਈ ਹੋਵੇਗੀ ਚਲੋ ਬਾਕੀ ਥੋੜਾ ਬਾਜ਼ਾਰੋਂ ਖਰੀਦ ਲਿਆਵੇਗਾ ਲੂਣ ਮਿਰਚ ਪਿਆ ਹੋਵੇਗਾ ਖਾਣ ਜੋਗਾ ਸਮਾਨ ਹੈ ਇੱਕ ਸਮਾਨ ਹੈ ਜੇ ਤੁਹਾਨੂੰ ਬਾਹਰ ਲਿਆਂ ਚੀਜ਼ਾਂ ਚੰਗੀਆਂ ਨਹੀਂ ਲੱਗਣੀਆਂ ਤੀ ਕੋ ਬਾਹਰ ਖਾਣਾ ਖਾਵਾਂਗੇ ਕੀ ਅਸੀਂ ਪਰ ਖਾਣ ਜੋਗਾ ਕੁਝ ਹੈ ਹੀ ਨਹੀਂ ਘਰੋਂ ਘਰ ਦੀ ਰੋਟੀ ਚੰਗੀ ਲੱਗਣੀ ਹੈ ਇੱਕ ਸਮਾਨ ਤੁਹਾਨੂੰ ਘਰ ਦਾ ਦਾਲ ਫੁਲਕਾ ਚੰਗਾ ਲੱਗਣਾ ਇੱਕ ਸਮਾਂ ਆਣਾ ਜਦੋਂ ਤੁਹਾਡੇ ਅੰਦਰ ਸਾਰੇ ਵਿਚਾਰ ਪਲਟ ਜਾਣੇ ਚੇਂਜ ਹੋ ਜਾਣੇ ਇਹ ਜਿਹੜਾ ਸਜਣਾ ਸਵਰਨਾ ਇਹ ਜਿਹੜਾ ਸੋਹਣਾਪਣ ਇਹ ਦੁਨੀਆ ਨੂੰ ਵਿਖਾ ਕੇ ਕੀ ਕਰਨਾ ਸੋਹਣਾ ਕੌਣ ਹੈ ਜਿਹਦਾ ਹਿਰਦੇ ਰੱਬ ਨਾਲ ਜੁੜਿਆ ਉਹਨੂੰ ਕਹਿੰਦੇ ਨੇ ਸੁੰਦਰ ਪਰਮਾਤਮਾ ਦੇ ਘਰ ਚ ਉਹ ਸੁੰਦਰ ਹੈ ਜਿਹੜਾ ਸੁੰਦਰ ਨਾਲ ਜੁੜਿਆ ਪਰਮਾਤਮਾ ਨਾਲ ਜੁੜਿਆ ਉਸ ਈਸ਼ਵਰ ਨਾਲ ਜੁੜਿਆ ਜਿਹਦਾ ਮਨ ਉਹ ਨਾਲ ਜੁੜਿਆ ਸਾਦਗੀ ਸਿੰਪਲੀਸਿਟੀ 에ਦੀ ਲੋੜ ਹੈ ਸਾਦਗੀ ਦੀ ਸਿੰਪਲ ਹੋਣ ਦੀ ਲੋੜ ਜੋ ਅਸੀਂ ਤੁਸੀਂ ਹੋ ਉਹਦੇ ਹੀ ਰਹੋ ਬਸ ਕੋਈ ਬਹੁਤਾ ਕੋਈ ਲੋੜ ਨਹੀਂ ਕੀ ਕਰਨਾ ਆ ਕਿਨੂੰ ਵਖਾ ਵਖਾ ਕੇ ਕੀ ਲੈ ਰਹੇ ਹੋ ਕਿਨੂੰ ਖੁਸ਼ ਕਰ ਰਹੇ ਹੋ ਤੇ ਸੋਚਿਆ ਤੁਸੀਂ ਕਿਨੂੰ ਖੁਸ਼ ਕਰ ਰਹੇ ਹੋ ਸੋ ਮੁਖ ਧਨ ਹੈ ਜੈ ਮੁਖ ਨਿਕਸੇ ਰਾਮ ਜਿਸ ਮੁਖ ਦੇ ਵਿੱਚ ਪਰਮਾਤਮਾ ਦਾ ਨਾਮ ਬਿਠਾ ਹੈ ਸੋ ਮੁਖ ਤਨ ਹੈ ਜੇ ਮੁਖ ਨਿਕਸੇ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋयो RAM ਸਾਰਾ ਪਿੰਡ ਹੀ ਉਹਨੇ ਠੀਕ ਕਰ ਦਿੱਤਾ ਉਸ ਮਨੁੱਖ ਨੇ ਜਿਸ ਮਨੁੱਖ ਨੇ ਆਪਣੇ ਮੁਖ ਦੇ ਵਿੱਚ ਪਰਮਾਤਮਾ ਪਰਮਾਤਮਾ ਕੀਤਾ ਉਹ ਪਿੰਡ ਹੀ ਸਾਰਾ ਠੀਕ ਹੋ ਗਿਆ ਪਿੰਡ ਦਾ ਪਿੰਡ ਹੀ ਤਰ ਗਿਆ ਏਡੀ ਤਾਕਤ ਹੈ ਉਸ ਮਨੁੱਖ ਦੇ ਵਿੱਚ ਜਿਸ ਦੇ ਮਨੁੱਖ ਦੇ ਵਿੱਚ ਸ਼ਬਦ ਦੇ ਵਿੱਚ ਪਰਮਾਤਮਾ ਬਹਿ ਗਿਆ ਮਹਾਰਾਜ ਜੀ ਇਹ ਕਬੀਰ ਸਾਹਿਬ ਜੀ ਦੀ ਬਾਣੀ ਹੈ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰਾ ਮੇਰੀ ਸਿਮਰਨੀ ਮੇਰੇ ਜੀਬ ਦੇ ਉੱਤੇ ਮੇਰਾ ਰਾਮ ਬੈਠ ਗਿਆ ਮੇਰਾ ਮਾਲਕ ਬੈਠ ਗਿਆ ਮੇਰੀ ਸਿਮਰਨੀ ਸਿਮਰਨੀ ਕਿ ਨੂੰ ਕਹਿੰਦੇ ਨੇ ਮਾਲਾ ਮਾਲਾ ਫੇਰਦੇ ਨੇ ਲੋਕੀ ਤਸਵੀਰ ਫੇਰਦੇ ਨੇ ਉਹ ਕਹਿੰਦੇ ਮੈਂ ਨਹੀਂ ਫੇਰਦਾ ਫਿਰ ਕਹਿੰਦੇ ਮੈਂ ਆਪਣੀ ਜੀਬ ਦੇ ਉੱਤੇ ਰੱਬ ਦਾ ਨਾਮ ਫੇਰਦਾ ਮੈਂ ਜੀਵ ਤੋਂ ਪਰਮਾਤਮਾ ਪਰਮਾਤਮਾ ਕਰਦਾ ਮੈਂ ਮਾਲਾ ਤੋਂ ਪਰਮਾਤਮਾ ਪਰਮਾਤਮਾ ਨਹੀਂ ਕਰਦਾ ਕਿਉਂਕਿ ਜਦੋਂ ਮੈਂ ਮਾਲਾ ਫੇਰਾਂਗਾ ਮੇਰਾ ਧਿਆਨ ਮਾਲਾ 'ਚ ਜਾਵੇਗਾ ਮੈਂ ਮਾਲਾ 'ਚ ਧਿਆਨ ਕਿਉਂ ਕੇ ਕੇ ਜਾਵਾਂ ਜਦੋਂ ਮੇਰਾ ਧਿਆਨ ਪਰਮਾਤਮਾ 'ਚ ਮੈਂ ਜੀਵ ਤੋਂ ਪਰਮਾਤਮਾ ਪਰਮਾਤਮਾ ਕਰਨਾ ਮੈਂ ਮਾਲਾ ਕਿਉਂ ਫੇਰਾਂ ਉਹ ਕਹਿੰਦੇ ਮੈਂ ਧਿਆਨ ਇੱਧਰ ਉੱਧਰ ਕਿਉਂ ਕਰਾਂ ਕਬੀਰਾਂ ਮੇਰੀ ਸਿਮਰਨੀ ਰਸਨਾ ਉੱਪਰ ਨਾਮ ਨਾਮ ਦੀ ਗੱਲ ਕੀਤੀ ਨਾਮ ਮੇਰੀ ਜੀਬ ਤੇ ਨਾਮ ਦਾ ਵਾਸ ਹੈ ਮੇਰੀ ਸਿਮਰਨੀ ਰਸਨਾ ਉੱਪਰ ਨਾਮ ਪ੍ਰਮਾਤਮਾ ਤੇਰਾ ਨਾਮ ਤੇਰਾ ਸ਼ਬਦ ਮੇਰੀ ਜੀਬ ਤੇ ਬੈਠ ਗਿਆ ਹੁਣ ਮੈਂ ਠੰਡ ਪੈ ਗਈ ਮੈਨੂੰ ਸਿੱਧਕ ਆ ਗਿਆ ਭਰੋਸਾ ਆ ਗਿਆ ਇੱਕ ਬੀਜ ਬੀਜ ਗ੍ਰੰਥ ਹੈ ਕਬੀਰ ਸਾਹਿਬ ਜੀ ਦਾ ਉਦੇ ਵਿੱਚ ਕਬੀਰ ਸਾਹਿਬ ਜੀ ਦੇ ਧਨੀ RAM ਜੀ ਉਹਨਾਂ ਤੋਂ ਬਾਅਦ ਜਿਹੜੇ ਦੂਜੇ ਉਹਨਾਂ ਤੋਂ ਬਾਅਦ ਹੋਏ ਨੇ ਉਹਨਾਂ ਦੇ ਵੀ ਸ਼ਲੋਕ ਨੇ ਤੇ ਉਹ ਇੱਕ ਸ਼ਲੋਕ ਆਂਦਾ ਉੱਥੇ ਬੜਾ ਖੂਬਸੂਰਤ ਕਬੀਰ ਜੀ ਦਾ ਉਹਨਾਂ ਨੇ ਸਾਰੇ ਮਨੁੱਖਾਂ ਨੂੰ ਬੜਾ ਸੁੰਦਰ ਕੀਤਾ ਇਹ ਉਹ ਵੀ ਇੱਕ ਬੁੱਲੇ ਸ਼ਾਹ ਨੇ ਵੀ ਇਦਾਂ ਦਾ ਲਿਖਿਆ ਜੱਟ ਬੜਾਏ ਸੋਨ ਨਰ ਤਰੇ ਮੋਰ ਕਿਉਂ ਨਾ ਤਰੇ ਜਿਸ ਕੇ ਲੰਬੇ ਲੰਬੇ ਪਰ ਹੈ ਮੋਰ ਵੀ ਤੇ ਤਰਨਾ ਚਾਹੀਦਾ ੜਾ ਵੱਡੇ ਵੱਡੇ ਪਰ ਨੇ ਫਿਰ ਜਟਾ ਰੱਖਣ ਦਾ ਫਾਇਦਾ ਕੀ ਹੋਇਆ ਹੈ ਨਾ ਜਟਾ ਰਖਾਏ ਸੋ ਨਰ ਤਰੇ ਨਰ ਕਹਿੰਦੇ ਨੇ ਅਸੀਂ ਜਟਾ ਰੱਖ ਲਈ ਠੀਕ ਹੈ ਜੀ ਜਟਾ ਵੀ ਕਿਦਾਂ ਰੱਖਣੀ ਹੁੰਦੀ ਹੈ ਉਹ ਕਿਦਾਂ ਜਟਾਵਾਂ ਰੱਖਦੇ ਸਨ ਕੋ ਜਟਾ ਬਣ ਬੁਣ ਕੇ ਨਹੀਂ ਸੀ ਆਉਂਦੀਆਂ ਬਹੁਤੀਆਂ ਉਹ ਕੀ ਕਰਦੇ ਜਿਹੜੇ ਅੱਕ ਦੇ ਪੇੜ ਹੁੰਦੇ ਸੀ ਨਾ ਅੱਕ ਦੇ ਰਖਤਾਂ ਦਾ ਦੁੱਧ ਲੈਣਾ ਦੁੱਧ ਉਹਦੇ ਨਾਲ ਆਪਣੇ ਵਾਲਾਂ ਨੂੰ ਉਹਨਾਂ ਲਾਣ ਵਾਲਾਂ ਦੇ ਉੱਤੇ ਕੁਮਾਈ ਜਾਣਾ ਤੇ ਉਹ ਵਾਲਾਂ ਦੇ ਉੱਤੇ ਫੇਰੀ ਜਾਣਾ ਫੇਰੀ ਜਾਣਾ ਫੇਰੀ ਜਾਣਾ ਉਹ ਜਟਾ ਬਣ ਜਾਂਦੀ ਜਿਹੜੇ ਪੁਰਾਣੇ ਜਟਾ ਰੱਖਦੇ ਸਨ ਨਾ ਐਵੇਂ ਉਹ ਇਹ ਦੁੱਧ ਅੱਕ ਦਾ ਦੁੱਧ ਨਾਲ ਉੱਤੇ ਪਾਈ ਜਾਣਾ ਤੇ ਉਤੋਂ ਜਟਾ ਬਣ ਜਾਂਦੀ ਤੇ ਮੈਂ ਕਾਲਿਆਂ ਦੀ ਵੀ ਜਟਾਵਾਂ ਵੇਖੀਆਂ ਨੇ ਤੁਹਾਨੂੰ ਮੈਂ ਪੁੱਛਿਆ ਤੁਸੀਂ ਜਟਾਵਾਂ ਰੱਖੀਆਂ ਨੇ ਇੱਕ ਵਾਰੀ ਕਾਲੇ ਸਨ ਅਮਰੀਕਾ ਦੇ ਵਿੱਚ ਮੈਂ ਗਿਆ ਉੱਥੇ ਕਾਲਿਆਂ ਨੇ ਵੱਡੀਆਂ ਵੱਡੀਆਂ ਜਟਾਵਾਂ ਰੱਖੀਆਂ ਹੁੰਦੀਆਂ ਤੇ ਮੈਂ ਕਿਹਾ ਬੜੇ ਬੜੇ ਵੱਡੇ ਉਹਨਾਂ ਨੇ ਵੱਡੀਆਂ ਵੱਡੀਆਂ ਟੋਪੀਆਂ ਪਾਈਆਂ ਐਡੀਆਂ ਵੱਡੀਆਂ ਉਹ ਇੱਕ ਕੌਮ ਐ ਮੇਰੇ ਖਿਆਲ ਚ ਪਤਾ ਨਹੀਂ ਕੀ ਨਾਮ ਉਹਦਾ ਹੈ ਨੈਸਟਰ ਰਾਸਟਰ ਫੇਰੀ ਰਾਸਟਰ ਫੇਰੀ ਕੋਈ ਕੌਮ ਐ ਕੋਈ ਉਹ ਵੱਡੇ ਵੱਡੇ ਜਟਾਵਾਂ ਰੱਖਦੀ ਐ ਰੱਬ ਨੂੰ ਮੰਨਣ ਦਾ ਉਹਨਾਂ ਦਾ ਤਰੀਕਾ ਮੈਂ ਕਹਿੰਦਾ ਜਟਾਵਾਂ ਕਿੱਦਾਂ ਬਣੀਆਂ ਕਹਿੰਦੇ ਆਂਡੇ ਪਾਪਾ ਕੇ ਦੱਸੋ ਉਹ ਸੱਤੇ ਆਂਡੇ ਪਾਉਂਦੇ ਨੇ ਦੱਸੋ ਇਥੇ ਅੱਖ ਦਾ ਦੁੱਧ ਪਾਉਨੇ। ਉਹਨੂੰ ਕਿਦਾਂ ਕਿਹਾ ਕਬੀਰ ਸਾਹਿਬ ਨੇ? ਕਿ ਜੱਟ ਰਖਾਏ ਸੋਨ ਨਾ ਤਰੇ ਮੋਰ ਕਿਉਂ ਨਾ ਤਰੇ ਜਿਸਕੇ ਲੰਬੇ ਲੰਬੇ ਪਰ ਹੈ। ਗੰਗ ਨਹਾਏ ਗੰਗਾ ਵਿੱਚ ਇਸ਼ਨਾਨ ਕਰਕੇ ਸੋਨ ਨਾ ਤਰੇ ਮੈਂਡਕ ਕਿਉਂ ਨਾ ਤਰੇ ਜਿਸਕੇ ਗੰਗਾ ਮੇਂ ਘਰ ਹੈ। ਗੰਗਾ ਚਿਤਨਾ ਦੇ ਘਰ ਨੇ। ਮੈਂਡਕ ਨੂੰ ਵੀ ਤਰਨੀ ਚਾਹੀਦੀ ਤੇ ਮੱਛੀਆਂ ਡੱਡੂ ਵੀ ਤਰਨੀ ਚਾਹੀਦੀ ਇਹ ਡੁਬਕੀਆਂ ਲਗਾਉਣ ਦੇ ਨਾਲ ਇਨਸਾਨ ਤਰ ਜੇ ਸ਼ੰਖ ਬਜਾਏ ਜੋ ਨਾ ਤਰੇ ਕਦੇ ਕਿ ਉਹਨਾਂ ਤਰੇ ਹੈ ਉਹਨਾਂ ਦੀ ਬੋਲੀ ਵਿੱਚ ਸ਼ੰਖ ਹੈ ਉਹ ਤੇ ਹੈ ਉਹਨਾਂ ਕਰਦੇ ਨੇ ਸ਼ੰਖ ਉਹਨਾਂ ਦੇ ਮੂੰਹ ਦੇ ਵਿੱਚ ਲੱਗਾ ਤੇ ਗਧਿਆਂ ਨੂੰ ਵੀ ਤਰਨਾ ਚਾਹੀਦਾ ਕਹੋ ਕਬੀਰ ਵਹੀ ਨਰ ਤਰੇ ਜਿਸਕੇ ਹਿਰਦੇ ਮੇ ਹਰ ਹੈ ਰੱਬ ਬੈਠਾ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਦੇ ਰਾਰ ਅੰਦਰ ਬੈਠਾ ਪਰਮਾਤਮਾ ਉਹ ਹੀ ਨਰ ਤਰ ਸਕਦਾ ਦੂਜਾ ਕੋਈ ਨਰ ਨਹੀਂ ਤਰਦਾ ਜਿਨ੍ਹਾਂ ਦੇ ਵਿੱਚ ਰੱਬ ਬੈਠ ਗਿਆ ਇਹ ਸਭ ਰੱਬ ਦੀ ਖੇਡ ਹੈ ਇਹ ਸਭ ਪਰਮਾਤਮਾ ਦੀ ਖੇਡ ਹੈ ਵੱਖ-ਵੱਖ ਸਾਕੀਆਂ ਕਹਾਣੀਆਂ ਮਾਰਾਇ ਦੀਆਂ ਬੜੀਆਂ-ਬੜੀਆਂ ਤਰ੍ਹਾਂ-ਤਰ੍ਹਾਂ ਦੀਆਂ ਦੁਨੀਆ ਦੇ ਵਿੱਚ ਸਿਰਫ ਸਾਨੂੰ ਸੁਣਾਉਣ ਵਾਸਤੇ ਸਮਝਾਉਣ ਵਾਸਤੇ ਕਿ ਅਸੀਂ ਦੁਨੀਆ 'ਚ ਆਏ ਆ ਅਸੀਂ ਪੱਕੇ ਨਹੀਂ ਆਏ ਅਸੀਂ ਵਾਪਸ ਵੀ ਜਾਣਾ ਹੈ ਅਸੀਂ ਜਿੰਨੇ ਚੰਗੇ ਬਣ ਸਕਦੇ ਆ ਬਣ ਜਾਈ ਤੋ ਇਸ ਦੱਸੋ ਕਿੰਨੇ ਕੇ ਚੰਗੇ ਬਣੇ ਹੁਣੇ ਤੱਕ ਕੋਈ ਦੱਸੇ ਮੈਨੂੰ ਕਿ ਮੈਂ ਜੀ ਜਦੋਂ ਮੈਂ ਸਾਸੰਗਤ 'ਚ ਨਹੀਂ ਸੀ ਜੁੜਿਆ ਉਦੋਂ ਮੈਂ ਉਦੋਂ ਮੈਂ ਇਦਾਂ ਦਾ ਹੁੰਦਾ ਸੀ ਜਦੋਂ ਮੈਂ ਨਾਮ ਸਤਸੰਗ ਚ ਜੁੜ ਗਿਆ ਮੈਂ ਇਹ ਚੀਜ਼ਾਂ ਛੱਡ ਦਿੱਤੀਆਂ ਨਹੀਂ ਇਹ ਚੀਜ਼ਾਂ ਮੈਂ ਹੁਣ ਕਰ ਰਿਆ ਮੈਨੂੰ ਠੰਡ ਵੀ ਹੈ ਸਦਕ ਵੀ ਹੈ ਮੈਨੂੰ ਅੰਦਰ ਚੈਨ ਵੀ ਹੈ ਤੇ ਉਹ ਕੌਣ ਕੌਣ ਲੋਕ ਨੇ ਮੈਨੂੰ ਦੱਸੋ ਪਤਾ ਹੀ ਨਹੀਂ ਤੁਹਾਨੂੰ ਆਪਣਾ ਤੇ ਪਤਾ ਹੀ ਹੋਏਗਾ ਲੜਾਈਆਂ ਛੁੱਟੀਆਂ ਸਾਰਿਆਂ ਦੀਆਂ ਕਿ ਨਹੀਂ ਛੁੱਟੀਆਂ ਸੱਚ ਬੋਲਿਓ ਸੱਚ ਬੋਲਿਓ ਬੋਲੇ ਨਹੀਂ ਛੁੱਟੀਆਂ ਨਾ ਨਹੀਂ ਛੁੱਟੀਆਂ ਨਹੀਂ ਛੁੱਟੀਆਂ ਨਾ ਇੱਕ ਇੱਕ ਕਰਕੇ ਪੁੱਛ ਰਹੇ ਆ ਝੂਠ ਛੁੱਟਿਆ ਨਹੀਂ ਛੁੱਟਿਆ ਕਦੀ ਕਦੀ ਬੋਲਦੇ ਆ ਰੱਬ ਦਾ ਨਾਮ ਜਪਿਆ ਨਹੀਂ ਜਪਦੇ ਨਹੀਂ ਜਦੋਂ ਕਦੀ ਕਦੀ ਸੱਚ ਬੋਲੋ ਹਿੰਮਤ ਰੱਖੋ ਸੱਚ ਬੋਲਣ ਦੀ ਕੂੜ ਨਖਟੇ ਨਾਨਕਾ ਔੜਕ ਸੱਚ ਰਹੀ ਸੱਚਾ ਸੋ ਸਾਹਿਬ ਸੱਚ ਤਪਾ ਵ ਸਜੜਾ ਨਿਯਾਮ ਕਰੇਗਾ ਮਸੂਲਾ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਸੱਚ ਹੀ ਜੀਵਨ ਵਿੱਚ ਵਰਤ ਜਾਵੇ ਸੱਚ ਬੋਲਿਆ ਬੜਾ ਔਖਾ ਹਾਂਜੀ ਬੋਲਦੇ ਆ ਜਿੱਥੇ ਲੜਾਈਆਂ ਪਾਣੀਆਂ ਹੋਣ ਇੱਕ ਦੂਜੇ ਦੇ ਵਿੱਚ ਕੰਨ ਭਰਨੇ ਹੁਣ ਉਥੇ ਸੱਚ ਬੋਲਦੇ ਉਹ ਸੱਚ ਨਹੀਂ ਹੈ ਉਹ ਨਿੰਦਾ ਤੇ ਚੁਗਲੀਆਂ ਨੇ ਕੇ ਦਾ ਘਰ ਤੋੜਨਾ ਹੈ ਹਾਂ ਅਸੀਂ ਉਥੇ ਸੱਚ ਬੋਲ ਦਿੰਦੇ ਆ ਤੇਰੇ ਘਰ 'ਚ ਇਹ ਹੋ ਰਿਹਾ ਈ ਦੇਖ ਲੈ ਉਹ ਸੱਚ ਬੋਲਦੇ ਉਹ ਸੱਚ ਨਹੀਂ ਹੈ ਉਹ ਪਾਪ ਹੈ ਉਹ ਕਹ ਕੇ ਦਾ ਘਰ ਤੇ ਕਿਸੇ ਦੀਆਂ ਲੜਾਈਆਂ ਪਾਉਣੀਆਂ ਕਿਸੇ ਦੇ ਘਰ ਜਾ ਕੇ ਉਥੇ ਸੱਚ ਬੋਲ ਜਾਨੇ ਉਹਨੂੰ ਸੱਚ ਨਹੀਂ ਕਹਿੰਦੇ ਸੱਚ ਇਹ ਹੁੰਦਾ ਮੈਂ ਜੋ ਵੀ ਹਾਂ ਮੈਂ ਜੈਸਾ ਵੀ ਹਾਂ ਮੈਂ ਵੈਸਾ ਹੀ ਪ੍ਰਗਟ ਹੋ ਰਿਹਾ ਦੁਨੀਆ ਦੇ ਵਿੱਚ ਬਸ ਉਹਨੂੰ ਸੱਚ ਕਹਿੰਦੇ ਨੇ ਝੂਠਾ ਨਾ ਮੇਰਾ ਮੈਂ ਕਿਆ ਵਾਂ ਕਿ ਮੈਂ ਝੂਠ ਬੋਲਦਾ ਜੀ ਮੇਰੇ ਹੈਗਾ ਝੂਠ ਮਾਰੇ ਹੀ ਮਾਫ ਕਰ ਦੇਣਗੇ ਉਹਨਾਂ ਨੇ ਤਾਂ ਕਹਿਣ ਦੀ ਗੱਲ ਹੈ ਮਾਰੇ ਹੀ ਗਲਤ ਹਾਂ ਮੈਂ ਭੁੱਲਣਹਾਰ ਹਾਂ ਤੇ ਬਾਬਾ ਸਾਡਾ ਬਖਸ਼ਣਹਾਰ ਹੈ ਜੇ ਮੈਂ ਭੁੱਲਨਹਾਰ ਨਹੀਂ ਤੇ ਮੇਰਾ ਬਾਬਾ ਵੀ ਬਖਸ਼ਨਹਾਰ ਨਹੀਂ ਮੈਂ ਭੁੱਲਨਹਾਰ ਹਾਂ ਮਾਲਕਾ ਇਹ ਮੇਰੇ ਸਹਿਬਾ ਮੈਂ ਭੁੱਲਨਹਾਰ ਹਾਂ ਭਾਵ ਨੇ ਬਸ ਨਿਰੰਤਰ ਪਾ ਇੱਕ ਵਾਰੀ ਦੀ ਗੱਲ ਹੈ ਬਾਬਾ ਫਰੀਦ ਸਾਹਿਬ ਨਾ ਬੁੱਢੇ ਹੋ ਗਏ ਬਹੁਤ ਬਿਰਧ ਹੋ ਗਏ ਸਨ ਉਮਰ ਬਹੁਤ ਵੱਡੇ ਰਹੀ ਹੋ ਗਈ ਸੀ ਇਹ ਨਮਾਜ਼ ਬੜਾ ਕਰਦੇ ਹੁੰਦੇ ਰੱਬ ਨੂੰ ਪੰਜ ਵਕਤ ਦੀ ਨਮਾਜ਼ ਕਰਨੀ ਬੈਠ ਰਹਿਣਾ ਹੱਥ ਉੱਪਰ ਕਰਕੇ ਅੱਜ ਨਮਾਜ਼ ਪੜਨ ਲੱਗੇ ਨਹੀਂ ਨਮਾਜ਼ ਪੜਦੇ ਪੜਦੇ ਚੱਕਰ ਆਇਆ ਡਿੱਗ ਪਏ ਨੇ ਮਰੀਦ ਨਾਲ ਬੈਠੇ ਨੇ ਉਹਨਾਂ ਨੇ ਫੜ ਲਿਆ ਆ ਕੇ ਬਾਬਾ ਸਾਹਿਬ ਨੂੰ ਆਪਣੀ ਗੋਦੀ 'ਚ ਉਹ ਲੰਮੇ ਪੈ ਗਏ ਬਹੁਤ ਕਮਜ਼ੋਰ ਹੋ ਗਏ ਨੇ ਬੁੱਢੇ ਹੋ ਗਏ ਨੇ ਸਰੀਰ ਕੰਬਣ ਲੱਗ ਪਿਆ ਹੁ ਨਮਾਜ਼ ਬੜੀ ਔਖੀ ਹੁੰਦੀ ਹੈ ਪਰ ਰੱਬ ਨੂੰ ਯਾਦ ਕਰਨਾ ਹੀ ਕਰਨਾ ਹੈ ਭਾਵੇਂ ਕੁਝ ਹੋ ਜੇ ਇਹ ਰੀਤ ਹੈ ਉਹ ਮਰੀਦ ਨੇ ਉਹਨਾਂ ਨੂੰ ਗੋਦ 'ਚ ਲ ਲੈ ਲਿਆ ਜਦੋਂ ਗੋਦੀ 'ਚ ਲ ਲੈ ਲਿਆ ਤੇ ਉਹ ਪਾਣੀ ਪਲਾਇਆ ਉਹਨਾਂ ਦੀ ਅੱਖ ਖੁੱਲ੍ਹੀ ਕਿਉਂਕਿ ਚੱਕਰ ਆ ਗਿਆ ਤੇ ਬੇਹੋਸ਼ੀ ਹੋ ਗਈ ਸੀ ਅੱਖ ਖੁੱਲੀ ਤੇ ਆਪਣੇ ਮਰੀਦ ਨੂੰ ਪੁੱਛਦੇ ਨੇ ਕਹਿੰਦੇ ਮੀਆਂ ਨਮਾਜ਼ ਮੈਂ ਪੂਰੀ ਅਦਾ ਕਰ ਲਈ ਕਿ ਨਹੀਂ ਕੀਤੀ ਮੈਂ ਜ਼ਿਕਰ ਕਰ ਲਿਆ ਪੂਰਾ ਰੱਬ ਦਾ ਕਿ ਨਹੀਂ ਕੀਤਾ ਇਹ ਮੈਨੂੰ ਦੱਸ ਕਹਿੰਦੇ ਬਾਬਾ ਸਾਹਿਬ ਤੁਸੀਂ ਨਮਾਜ਼ ਪੂਰੀ ਨਹੀਂ ਕਰ ਸਕੇ ਸੀ ਉਸ ਤੋਂ ਪਹਿਲਾਂ ਹੀ ਤੁਹਾਨੂੰ ਚੱਕਰ ਆ ਗਏ ਸਨ ਤੇ ਤੁਸੀਂ ਅਸੀਂ ਫਿਰ ਸੰਭਲਿਆ ਮਗਰ ਤੁਹਾਨੂੰ ਮੈਂ ਨਹੀਂ ਕਰ ਪਾਇਆ ਨਹੀਂ ਕੀਤਾ ਲਿਆਓ ਜਲ ਲਿਆਓ ਪਾਣੀ ਲਿਆਓ ਮੈਂ ਉযু ਕਰਨਾ ਦੁਬਾਰਾ ਪਾਣੀ ਮੰਗਾਇਆ ਉযু ਕੀਤਾ ਹੱਥ ਧੋਤੇ ਗਿੱਟੇ ਧੋਤੇ ਦੁਬਾਰਾ ਸਵੱਛਮਤਾ ਕਰਨੀ ਹੈ ਕਿ ਮੈਂ ਬੇਹੋਸ਼ ਹੋ ਗਿਆ ਡਿੱਗ ਪਿਆ ਰੱਬ ਦੀ ਇਬਾਦਤ ਨਹੀਂ ਕਰ ਸਕਿਆ ਮੈਂ ਦੁਬਾਰਾ ਸੁੱਚਾ ਹੋਣਾ ਸੁੱਚਾ ਤੇ ਸੱਚਾ ਹੋਣਾ ਜਿੰਨੂੰ ਅਸੀਂ ਪੰਜ ਸ਼ਨਾਨੀ ਕਹਿੰਦੇ ਉਹ ਉਜ਼ੂ ਕਹਿੰਦੇ ਨੇ ਉਹ ਉਜ਼ੂ ਕਰਨਾ ਮੈਂ ਉਜ਼ੂ ਕਰਕੇ ਪਿੱਛੇ ਨੇ ਉਸ ਬੰਦਿਆ ਨੇ ਕਿਹਾ ਬਾਬਾ ਸਾਹਿਬ ਤੁਹਾਡਾ ਧਿਆਨ ਚੋ ਵੀ ਕਿੰਨੇ ਖੁੱਬਿਆ ਤੁਹਾਨੂੰ ਨਮਾਜ਼ ਦੀ ਕੀ ਲੋੜ ਨਹੀਂ ਜੋ ਮੈਨੂੰ ਪਰਮਾਤਮਾ ਦੇ ਨਾਲ ਮੈਨੂੰ ਜੋੜਦਾ ਮੈਨੂੰ ਕਰਕੇ ਜੋ ਮਜ਼ਾ ਆਉਂਦਾ ਐ ਇੰਨੇ ਸਾਲ ਮੈਂ ਕਰਦਾ ਰਿਹਾ ਤਮਾ ਤੁਹਾਡੇ ਪਿੱਛੇ ਛੱਡ ਦਮਾ ਇਹ ਤੇ ਮੇਰੀ ਭੁੱਖ ਮਟਾਉਂਦਾ ਮੇਰੇ ਜਨਮਾਂ ਜਿਹਾਂ ਦੀ ਭੁੱਖ ਮਿਟਦੀ ਮੈਂ ਤਾਂ ਨਮਾਜ਼ ਨਹੀਂ ਮੈਂ ਤਾਂ ਰੱਬ ਨਾਲ ਜੁੜਨ ਦਾ ਬਹਾਨਾ ਲੱਭਦਾ ਕਿਸੇ ਨਾ ਕਿਸੇ ਦਾ ਜੁੜ ਜਾਵਾਂ ਰੱਬ ਦੇ ਨਾਲ ਬਸ ਤੇ ਬਹਾਨੇ ਨੇ ਮੇਰੇ ਔਰ ਤੁਸੀਂ ਮੈਨੂੰ ਕਹਿੰਦੇ ਹੋ ਤੁਸੀਂ ਤੋੜਦੇ ਹੋ ਮੈਨੂੰ ਤੁਸੀਂ ਮੈਨੂੰ ਚੰਗੇ ਬੰਦੇ ਨਹੀਂ ਹੈਗੇ ਤੁਸੀਂ ਮੇਰੇ ਲਿਆਓ ਮੈਨੂੰ ਉযু ਕੀਤਾ ਕਹਿੰਦੇ ਮੈਨੂੰ ਨਮਾਜ਼ ਕਰਨੀ ਦੁਬਾਰਾ ਨਮਾਜ਼ ਕਰਨ ਨੂੰ ਬੈਠ ਕੇ ਇਹ ਬਹਾਨੇ ਨੇ ਕਹਿੰਦੇ ਮੇਰੇ ਉਸ ਮੇਰੇ ਪਰਵਰਦੀਗਾਰ ਨੂੰ ਯਾਦ ਕਰਨ ਦੇ ਇਬਾਦਤ ਕਰਨ ਦੇ ਤੇ ਬਹਾਨੇ ਨੇ ਜਿੱਦਾਂ ਅਸੀਂ ਇਹ ਬਹਾਨੇ ਨਹੀਂ ਬਣਾਉਂਦੇ ਉਹ ਟਿੱਡ ਦੁਖਦਾ ਜੀ ਹੈ ਉਹ ਮਾਰਾ ਇਹ ਨਾਮ ਜਪ ਨਹੀਂ ਉਹ ਗੋਡੇ ਨਹੀਂ ਠੀਕ ਨਹੀਂ ਸਾਡੇ ਇਹ ਬਹਿ ਨਹੀਂ ਸਕਦੇ ਇਹ ਬਹਾਨੇ ਨੇ ਨਾ ਯਾਦ ਕਰਨ ਸਵੇਰੇ ਉੱਠਦੇ ਮਾਰਾ ਇਹ ਸੇਤ ਹੀ ਠੀਕ ਨਹੀਂ ਹੈ ਉੱਠੀਏ ਕੀ ਕੀ ਕਹਿੰਦੇ ਨੇ ਤੁਸੀਂ ਕਿਹੜੇ ਬਹਾਨੇ ਨੇ ਤੁਹਾਡੇ ਕੋਲ ਰੱਬ ਦਾ ਨਾਮ ਨਹੀਂ ਜਪਿਆ ਜਾਂਦਾ ਨਹੀਂ ਲਿਆ ਜਾਂਦਾ ਇੰਨੇ ਬਹਾਨੇ ਨੇ ਮੰਨ ਨਹੀਂ ਕਰਦਾ ਇੱਕ ਬਹਾਨਾ ਲਾਣ ਦੇ ਨੇ ਬਾਬਾ ਸਾਹਿਬ ਬਾਬਾ ਫਰੀਦ ਸਾਹਿਬ ਬੁੱਢੇ ਹੋ ਕੇ ਉਹ ਮੈਨੂੰ ਬਹਾਨੇ ਚਾਹੀਦੇ ਨੇ ਰੱਬ ਦੀ ਇਬਾਦਤ ਕਰਨ ਵਾਸਤੇ ਇਹੋ ਜੇ ਸਾਡੇ ਵਰਗੇ ਮਨੁੱਖ ਨੇ ਸਾਨੂੰ ਬਹਾਨੇ ਚਾਹੀਦੇ ਨੇ ਰੱਬ ਤੋਂ ਦੂਰ ਹੋਣ ਵਾਸਤੇ ਵੇਖੋ ਬਹਾਨੇ ਬਹਾਨੇ ਦਾ ਫਰਕ ਇੱਕ ਨੂੰ ਬਹਾਨਾ ਚਾਹੀਦਾ ਕਿ ਰੱਬ ਮਿਲੇ ਇੱਕ ਨੂੰ ਬਹਾਨਾ ਚਾਹੀਦਾ ਰੱਬ ਵਿਛੜ ਜਾਵੇ ਵਿਸਰ ਜਾਵੇ ਇਹ ਤੁਹਾਡੇ ਸਾਡੇ ਬਹਾਨੇ ਨੇ ਏਕਸਕਿਊਜ਼ਸ ਠੀਕ ਕਹਿ ਰਹੇ ਆ ਮਹਾਂਪੁਰਖੋ ਬਜ਼ੁਰਗੋ ਮੈਂ ਠੀਕ ਕਹਿ ਰਿਹਾ ਕੋਈ ਦਮ ਦਿਲ ਦੀ ਆ ਰਹੀ ਹੈ ਮੇਰੇ ਸ਼ਬਦਾਂ ਨਾਲ ਦੇਖੋ satsang ਉਹ ਹੁੰਦਾ ਜਿੱਥੇ ਬਹਿ ਕੇ ਰੱਬ ਚੇਤੇ ਆਜੇ ਅਸਲੀ satsang ਉਹ ਜਿੱਥੇ ਬਹਿ ਕੇ ਪਰਮਾਤਮਾ ਦੀ ਯਾਦ ਆ ਜਾਏ ਜਿੱਥੇ ਬੈਠਿਆਂ ਵਾਹਿਗੁਰੂ ਚੇਤੇ ਆਉਣ ਲੱਗ ਪਏ ਤੇ ਵਾਹਿਗੁਰੂ ਨਾਲ ਪਿਆਰ ਦੁਬਾਰਾ ਪੈਦਾ ਹੋ ਜਾਵੇ ਬਸ ਟੁੱਟਿਆ ਹੋਇਆ ਪਿਆਰ ਮੁੜ ਕੇ ਜਗ ਜਗ ਪਵੇ ਉਹਨੂੰ satsang ਕਹਿੰਦੇ ਨੇ ਤੇ ਜਿੱਥੇ ਬਹਿ ਕੇ ਇੱਕ ਦੂਜੇ ਦੀਆਂ ਬਦਖੋਈਆਂ ਹੀ ਸੁਨਨੀਆਂ ਨੇ ਦੁਨੀਆਦਾਰੀ ਦੀਆਂ ਗੱਲਾਂ ਬਾਤਾਂ ਸੁਨੀਆਂ ਫਿਰ ਉਹ satsang ਨਹੀਂ ਹੁੰਦੇ ਉਹ ਰਾਜਨੀਤਿਕ ਅਖਾੜੇ ਨੇ ਉਹਨਾਂ ਨੂੰ ਕਹਿੰਦੇ ਰਾਜਨੀਤਿਕ ਅਖਾੜੇ ਲੋਕਾਂ ਦੀਆਂ ਬੁਰਾਈਆਂ ਕਰਨੀਆਂ ਬਹਿ ਬਹਿ ਕੇ ਇੱਧਰ ਉੱਧਰ ਨੁਕਤਾ ਚਿੰਨੀਆਂ ਗੱਲਾਂ ਕਰਨੀਆਂ ਕਿਸੇ ਬਾਰੇ ਮਾੜਾ ਕਹਿਣਾ ਕਿਸੇ ਨੂੰ ਥੱਲੇ ਸੁੱਟ ਦੇਣਾ ਆਪਣੇ ਨੂੰ ਵੱਡਾ ਕਰ ਦੇਣਾ ਉਹ ਰੱਬੀ ਸਤਸੰਗੀ ਹੁੰਦੇ ਉਹਨਾਂ ਨੂੰ ਕਹਿੰਦੇ ਰਾਜਨੀਤਿਕ ਅਖਾੜੇ ਰੱਬ ਦੀ ਗੱਲ ਕਰੋ ਬਸ ਸਤਸੰਗ ਉਹ ਜਿੱਥੇ ਰੱਬ ਦੀ ਗੱਲ ਹੋਵੇ ਨਾ ਮੇਰੀ ਹੋਵੇ ਨਾ ਤੇਰੀ ਹੋਵੇ ਨਾ ਤੁਹਾਡੀ ਹੋਵੇ ਨਾ ਮੇਰੀ ਹੋਵੇ ਸਿਰਫ ਰੱਬ ਦੀ ਗੱਲ ਹੋਵੇ ਵਾਹਿਗੁਰੂ ਦੀ ਗੱਲ ਹੋਵੇ ਕਿ ਨਹੀਂ ਤਨੂ ਜੇ ਯਾਦ ਆਵੇ ਵਾਹਿਗੁਰੂ ਪਰਮਾਤਮਾ ਚਿੱਤੇ ਆਵੇ ਕਿ ਰੱਬ ਵਿਛੜ ਗਿਆ ਅਸੀਂ ਉਹਨੂੰ ਵਾਪਸ ਕਿੱਦਾਂ ਮਿਲਣਾ ਹੈ ਇਹ ਚਿੱਤੇ ਆਵੇ ਰੱਬ ਤਾਂ ਦੂਰ ਹੋ ਗਏ ਆ ਕਿੱਦਾਂ ਰੱਬ ਤੱਕ ਜਾਣਾ ਇਹ ਸੋਚ ਆ ਜੇ ਮझे ਦੀ ਗੱਲ ਇਹ ਹੈ ਕਿ ਤੁਸੀਂ ਅਸੀਂ ਜਿੰਨੇ ਵੀ ਜੀ ਬੈਠੇ ਆ ਅਸੀਂ ਇਸ ਜਨਮ ਨੂੰ ਪਾਰ ਕਰਨਾ ਹੈ ਪਾਰ ਉਤਾਰਾ ਕਰਨਾ ਹੈ ਇਸ ਜਨਮ ਤੋਂ ਕਰਨਾ ਨਾ ਸਾਰਿਆਂ ਨੇ ਕੱਲ ਤੇ ਵਿੱਚ ਲੀਏ ਹੋਈ ਹੈ ਨਾ ਕਿ ਅਸੀਂ ਪਾਰ ਕਿੱਦਾਂ ਹੋਣਾ ਅਸੀਂ ਰੱਬ ਕੋ ਕਿੱਦਾਂ ਪਹੁੰਚਣਾ ਅਸੀਂ ਉਸ ਅਕਾਲ ਪੁਰਖ ਦੇ ਕੋਲ ਕਿੱਦਾਂ ਜਾਣਾ ਹੈ ਕਿ ਨਹੀਂ ਮੁੱਦਾ ਤੇ ਇਹੋ ਹੀ ਹੈ ਨਾ ਪਸੇ ਮੁੱਦਾ ਸਾਫ਼ ਜਾਂ ਮੁੱਦਾ ਇਹੋ ਹੀ ਫੜ ਲਓ ਬਸ ਇੱਕ ਮੁੱਦਾ ਮਾਰਾ ਜੀ ਤੁਹਾਡੇ ਕੋ ਕਿੱਦਾਂ ਆਉਣਾ ਤੇ ਦੱਸ ਦੋ ਹੁਣ ਸਾਨੂੰ ਸਮਝਾਓ ਬਸ ਇਹ ਤਰੀਕਾ ਦੱਸੋ ਕਿ ਤੁਹਾਡੇ ਕੋਲ ਆਉਣਾ ਕਿੱਦਾਂ ਸੀ ਹੋਤ ਹੋ ਗਿਆ ਉਹਨੇ ਅੱਖਾਂ ਬੰਦ ਕਰਕੇ ਤੁਹਾਨੂੰ ਲੱਭਣੀਆਂ ਨੇ ਅੱਖਾਂ ਅੰਦਰਲੀ ਅੱਖਾਂ ਵੀ ਤੁਹਾਨੂੰ ਲੱਭਣੀਆਂ ਨੇ ਅੰਦਰਲਾ ਦਿਲ ਵੀ ਤੁਹਾਨੂੰ ਖੋਜ ਰਿਹਾ ਅੰਦਰੋਂ ਅੰਦਰੋਂ ਤੜਪ ਲੱਗੀ ਪਈ ਹੈ ਮਾਰੀ ਕਿੱਦਾਂ ਤੁਹਾਡੇ ਤੋਂ ਪਹੁੰਚਣਾ ਹੈ ਹੁਣ ਤੁਸੀਂ ਦੱਸ ਦੋ ਬਸ ਉਹ ਰਸਤੇ ਆਪ ਹੀ ਦਵੇਗਾ ਕਾਲ ਨਾ ਮਿਲੇਓ ਸੇਵ ਨਾ ਮਿਲੇਓ ਮਿਲੇਓ ਆਏ ਅਚਿੰਤਾ ਉਹ ਆਪ ਹੀ ਮਿਲਣਾ ਉਹਨੇ ਤੜੀ ਕਾਲਣਾ ਨਾ ਮਿਹਨਤ ਨਾਲ ਨਹੀਂ ਮਿਲਣਾ ਤੁਹਾਡੀ ਸੇਵਾ ਕਰਕੇ ਨਹੀਂ ਮਿਲਣਾ ਉਹਨੇ ਆਪਣੇ ਆਪ ਮਿਲਣਾ ਤੁਸੀਂ ਉਹਨੂੰ ਆਪ ਹੀ ਉਹਰੇ ਹੱਥ ਫੜਾ ਦੋ ਮਹਾਰਾਜ ਤੁਸੀਂ ਮਿਲਣਾ ਕਿੱਦਾਂ ਤੁਸੀਂ ਦੱਸ ਦੋ ਸੰਨ ਠੀਕ ਹੈ ਨਾ ਤੁਸੀਂ ਦੱਸੋ ਇਹ ਮੇਰੇ ਸੱਚੇ ਪਾਤਸ਼ਾਹ ਤੂੰ ਦੱਸ ਤੂੰ ਮਿਲਣਾ ਕਿੱਦਾਂ ਸੰਨ ਸਾਨੂੰ ਨਹੀਂ ਪਤਾ ਸਾਨੂੰ ਕੁਝ ਨਹੀਂ ਕਰਨਾ ਆਉਂਦਾ ਸਾਨੂੰ ਇਹ ਵੀ ਨਹੀਂ ਪਤਾ ਕੀ ਅਸੀਂ ਕਰ ਕੀ ਰਹੇ ਹਾਂ ਇੱਥੇ ਜਿੰਨੇ ਵੀ ਤੁਸੀਂ ਜੀ ਬੈਠੇ ਹੋ ਤੁਹਾਨੂੰ ਪਤਾ ਹੀ ਨਹੀਂ ਹੋਸ਼ ਹੀ ਨਹੀਂ ਹੈਗੀ ਕਿਤਨੀ ਅੰਨੀ ਜੜ ਬਣ ਕੇ ਬੈਠੇ ਹੋ ਇੱਕ ਹੁੰਦਾ ਜੜ ਇੱਕ ਹੁੰਦਾ ਚੇਤਨ ਮੈਂ ਇਨਾਂ ਮਨੁੱਖਾਂ ਨੂੰ ਵੀ ਕਹਿੰਦਾ ਇਹ ਮਨੁੱਖ ਜੜ ਬਣ ਗਏ ਨੇ ਚੇਤਨ ਨਹੀਂ ਰਹੀ ਨਹੀਂ ਜੜ ਦਾ ਮਤਲਬ ਪੱਥਰੀ ਬਣੇ ਬੈਠੇ ਹੋ ਹੋਸ਼ ਨਹੀਂ ਤੁਹਾਨੂੰ ਕਰਦੇ ਕੀ ਹੋ ਤੇ ਗੁਰੂ ਚੰਨੀ ਤਾਕਤ ਹੈ ਜੇ ਤਾਂ ਸਮੁੰਦਰ ਸਾਗਰ ਨਿਰਪਰਿਆ ਤੇ ਤੇ ਔਗਣ ਹਮਾਰੇ ਇਹਨੇ ਪਾਪ ਤੈਨੇ ਮਾਰੇ ਕੰਮ ਕਰ ਲੈਨੇ ਆ ਜਿੰਨਾ ਸਮੁੰਦਰ ਚ ਪਾਣੀ ਐ ਇੰਨੇ ਸਾਡੇ ਪਾਪ ਨੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਗੁਰੂ ਚ ਨਹੀਂ ਤਾਕਤ ਐ ਪਰਮਾਤਮਾ ਚ ਨਹੀਂ ਦਇਆ ਹੈ ਉਹ ਡੁੱਬਦੇ ਪੱਥਰ ਵੀ ਤਾਰ ਕੇ ਰੱਖ ਦੇਗਾ ਸਈ ਡੁੱਬਦੇ ਪੱਥਰ ਵੀ ਤਰ ਜਾਵੇ ਪਰ ਇੱਕ ਵਾਰੀ ਆਪਣੇ ਆਪ ਨੂੰ ਸਮਝਾਓ ਤੇ ਸਹੀ ਕੀ ਹੈ ਕੌਣਾ ਸੀ બસ ਆਪਣੇ ਵੱਲ ਵੇਖਣਾ ਔਰ ਆਪਣੀਆਂ ਆਦਤਾਂ ਬਦਲਣੀਆਂ ਨੇ ਇਹ ਨਹੀਂ ਮਾਰੇ ਕਹਿੰਦੇ ਸੁਣੀਏ ਮੰਨੀਏ ਮਨ ਕੀਤਾ ਪਾਓ ਸੁਣ ਲਵੋ satsang ਨੂੰ ਸੁਣੋ ਚੰਗੀ ਤਰ੍ਹਾਂ ਸੁਣੀਏ ਮੰਨੀਏ ਉਹਨੂੰ ਫਿਰ ਮਨ ਵੀ ਲਵੋ ਛੱਡ ਨਾ ਦਬੋ ਇਹ ਨਾ ਹੋਵੇ ਇੱਥੇ ਸੁਣ ਕੇ ਕਰ ਗਏ ਉਹ ਛੱਡ ਯਾਰ satsang ਸੁਣ ਛੜਿਆ ਛੱਡ ਪਰ ਇੱਕ ਮੈਂ ਕਹਾ ਛੋਟੀ ਜੀ ਕਹਾਣੀ ਸੁਣਾਉਣਾ ਹੁੰਨਾ ਇੱਕ ਲਾਲਾ ਸੀ ਦੁਕਾਨ ਤੇ ਬੈਠਾ ਸੀ ਉਹ ਇੱਕ ਦਿਨ ਆਪਣੇ ਨਿਆਣੇ ਨੂੰ ਸੇਠ ਸੀ ਨਾ ਆਪਣੇ ਨਿਆਣੇ ਨੂੰ satsang ਚ ਲੈ ਗਿਆ ਗੁਰੂ ਦੇ satsang ਚ ਆਪਣੇ ਤੇ ਗੁਰੂ ਮਹਾਰਾਜ ਦੇ satsang ਚ ਜਾ ਕੇ ਨਿਆਣੇ ਨੇ ਬੜਾ ਪਹਿਲੀ ਵਾਰੀ satsang ਸੁਣਿਆ ਨਿਆਣੇ ਨੇ ਬੜਾ ਖੁਸ਼ ਹੋਇਆ ਨਿਆਣਾ ਹੱਥ ਜੋੜ ਕੇ ਵਾਹ ਜੀ ਵਾਹ ਗੁਰੂ ਮਹਾਰਾਜ ਦੀਆਂ ਗੱਲਾਂ ਉਹਨੂੰ ਸਮਝ ਪੈ ਗਈਆਂ ਤੇ ਉਹ ਤੁਰ ਪਿਆ ਹੁਣ ਮਹਾਰਾਜ ਦੀ ਕਿਰਪਾ ਹੋਈ ਐਸੀ ਦਇਆਵਰਤੀ ਐਸਾ ਪਾਣਾ ਵਰਤਿਆ ਉਹ ਵਿਚਾਰਾ ਭੋਲਾਪਾ ਸੀ ਪਹਿਲੀ ਵਾਰੀ Satsang ਸੇ ਗੁਰੂ ਜੀ ਦਾ Satsang ਦੇ ਪੱਲੇ ਪੈ ਗਿਆ ਗੁਰੂ ਮਹਾਰਾਜ ਨੇ ਉੱਥੇ Satsang ਚ ਸਮਝਾਇਆ ਕਿ ਗਾਉਂ ਮਾਤਾ ਜਿਹੜੀ ਗਾਉਂ ਮਾਤਾ ਨੇ ਉਹ ਬੜੀ ਚੰਗੀ ਹੈ ਰੱਬ ਦਾ ਰੂਪ ਹੈ ਉਹਦੀ ਸੇਵਾ ਕਰਿਆ ਕਰੋ ਜਿੱਥੇ ਕਿਤੇ ਲੱਭ ਜੇ ਉਹ ਵੀ ਇੱਕ ਦੇਵਤਾ ਹੈ ਉਰੇ ਪੱਲੇ ਪੈ ਗਈ ਗੱਲ ਲਾਲਾ ਜੀ ਘਰ ਆ ਗਏ ਮੁੰਡੇ ਨੂੰ ਕਿਹਾ ਤੂੰ ਦੁਕਾਨ ਤੇ ਚਲ ਜਾ ਮੈਂ ਥੋੜਾ ਜਿਹਾ ਆਰਾਮ ਕਰਕੇ ਤੇ ਚਾਹ ਚੂਪੀ ਕੇ ਤੇ ਕੁਝ ਖਾ ਕੇ ਮੈਂ ਦੁਕਾਨ ਤੇ ਹੁਣਾ ਮੁੰਡਾ ਦੁਕਾਨ ਤੇ ਚਲਾ ਗਿਆ ਜਦੋਂ ਲਾਲਾ ਜੀ ਵੀ ਦੁਕਾਨ ਤੇ ਗਏ ਤੇ ਮੁੰਡਾ ਗਊ ਮਾਤਾ ਦੇ ਚਰਨਾਂ ਦੇ ਵਿੱਚ ਚੌਂਕੜੀ ਮਾਰ ਕੇ ਬੈਠਾ ਹੈ ਦਾਂਹ ਤੇ ਜੋੜ ਕੇ ਤੇ ਗਊ ਮਾਤਾ ਦੁਕਾਨ ਦੇ ਵਿੱਚ ਰਾਸ਼ਨ ਖਾ ਰਹੀ ਬੋਰੀਆਂ ਦੇ ਵਿੱਚ ਖੁੱਲਾ ਲਾਲਾ ਜੀ ਨੂੰ ਬੜਾ ਗੁੱਸਾ ਆਇਆ ਲਾਲਾ ਜੀ ਨੇ ਆਂਦੇ ਸਾਰ ਹੀ ਇੱਕ ਤੇ ਮੁੰਡੇ ਨੂੰ ਤਰੀ ਦੂਜਾ ਹੱਥ ਮਾਰ ਕੇ ਗਾਉਂ ਪਿੱਛੇ ਕੀਤੀ ਤੇ ਮੁੰਡੇ ਨੂੰ ਮਾਰੀ ਚਪੇੜ ਕੇ ਕਹਿੰਦੇ ਤੂੰ ਮੇਰਾ ਰਸਨ ਉਜਾੜਨ ਡਿਆ ਹੈ ਹੈ ਤੇਨੂੰ ਅਕਲ ਨਹੀਂ ਹੈਗੀ ਇਹ ਕੀ ਕੰਮ ਫੜ ਲਿਆ ਤੂੰ ਕਹਿੰਦਾ ਪਿਤਾ ਜੀ ਜੋ ਅੱਜ ਸਤਸੰਗ ਚ ਸੁਣਿਆ ਕਿ ਗਾਉਂ ਦੇਵਤਾ ਹੈ ਗਾਉਂ ਬੜੀ ਬੜੀ ਤਾਕਤ ਹੈ ਗੁਰੂ ਮਹਾਰਾਜ ਨੇ ਦੱਸਿਆ ਸੀ ਤੇ ਗਾਉਂ ਮਾਤਾ ਆਈ ਹੈ ਤੇ ਮੈਂ ਤੇ ਆਪਣੀ ਦੁਕਾਨ ਚ ਚਰਨ ਪਵਾਏ ਨੇ ਨਾਨਾ ਨੋ ਖੁੱਲਾ ਖਵਾਂਢਿਆ ਕੇ ਖਾਓ ਮਾਤਾ ਅੱਜ ਹੀ ਪਤਾ ਲੱਗਿਆ ਸਾਨੂੰ ਤੇ ਤੁਹਾਡੀ ਤਾਕਤ ਦਾ ਉਹਨੇ ਮਾਰੀ ਇੱਕ ਹਰਚਪੇੜ ਜ਼ੋਰ ਦੀ ਲਾਲਾ ਜੀ ਨੇ ਲਾਲਾ ਜੀ ਕਹਿੰਦੇ ਨੇ ਕਿ ਤੈਨੂੰ ਬਹੁਤਾ ਸਤਸੰਗ ਸਮਝ ਪਿਆ ਗਿਆ ਮੈਂ 36 ਸਾਲ ਤੋਂ ਗੁਰੂ ਜੀ ਦੇ ਕੋਲ ਜਾਣਾ ਸਤਸੰਗ ਸੁਣਨਾ ਉੱਥੇ ਛੱਡਨ ਨਾ ਤੂੰ ਨਾ ਲੈ ਆ ਸਾਡਾ ਸਭ ਦੀ ਪ੍ਰੋਬਲਮ ਇਹੋ ਹੀ ਹੈ ਸਭ ਨਾਲ ਵੱਡੀ ਅਸੀਂ ਬਹਾਨੇ ਲੱਭਦੇ ਆ ਰੱਬ ਨੂੰ ਨਾ ਯਾਦ ਕਰਨ ਦੇ ਪਸ ਸਿੰਪਲ ਜੀ ਗੱਲ ਉਹ ਜਿਨ੍ਹਾਂ ਨੇ ਰੱਬ ਵੇਖਣਾ ਹੋਵੇ ਨਾ ਉਹ ਨੈਗੇਟਿਵਿਟੀ ਦੇ ਵਿੱਚ ਵੀ ਪਰਮਾਤਮਾ ਦੇ ਦਰਸ਼ਨ ਕਰ ਲੈਂਦੇ ਨੇ ਮੈਂ ਤੁਹਾਨੂੰ ਹੁਣੇ ਜਿਵੇਂ ਸਮਝਾਇਆ ਵੱਖ-ਵੱਖ ਸਾਖੀਆਂ ਤੁਹਾਨੂੰ ਸੁਸਨਾਈਆਂ ਅਲੱਗ-ਅਲੱਗ ਇੱਕ ਵਾਰ ਤੁਹਾਨੂੰ ਸਾਖੀ ਸੁਨੰਨਾ ਅੱਜ ਜੋ ਹਮਾਰੇ ਭਾਰਤ ਵਿੱਚ ਜੋ ਬੰਗਾਲ ਹੈ ਬੰਗਾਲ ਹੈ ਨਾ ਬੰਗਾਲ ਕਿਉਂ ਰੱਬ ਨੂੰ ਨਹੀਂ ਮੰਨਦਾ ਉੱਥੇ ਕਮਿਊਨਿਸਟ ਸਰਕਾਰ ਅਜੇ ਤੱਕ ਕਿਉਂ ਟਿਕੀ ਹੋਈ ਹੈ ਕੋਈ ਮੈਨੂੰ ਜਵਾਬ ਦੇਵੇਗਾ 35 30 35 ਸਾਲ ਹੋ ਗਏ ਨੇ ਉੱਥੇ ਦੂਜੀ ਕੋਈ ਸਰਕਾਰ ਨਹੀਂ ਬਣ ਸਕੀ ਕਿਉਂ ਉੱਥੇ ਰਾਜ ਕਰ ਰਹੀ ਹੈ ਉਹ ਸਰਕਾਰ ਕਿਉਂ ਰੱਬ ਤੋਂ ਜਿਹੜੇ ਨੂੰ ਕਹਿੰਦੇ ਆਪਾਂ ਮਾਫ ਕਰਿਓ ਕਾਮਰੇਡ ਕਿਉਂ ਮੇਰਾ ਵਿਸ਼ਾ ਨਹੀਂ ਹੈ ਮੈਂ ਤੁਹਾਨੂੰ ਪੁੱਛ ਰਿਹਾ ਜਨਰਲ ਵਾਸਤੇ ਇੱਕ ਇੱਕ ਨੌਲੇਜ ਵਾਸਤੇ ਕਿ ਤੁਹਾਨੂੰ ਜੇ ਪਤਾ ਹੋਵੇ ਬੰਗਾਲ ਵਿੱਚ ਕਿਉਂ ਰੱਬ ਨੂੰ ਘੱਟ ਲੋਕ ਹੀ ਮੰਨਦੇ ਨੇ ਦੱਸਿਓ ਜਰਾ ਇੱਕ ਕੇਸ਼ੋਚੰਦਰ ਨਾਮ ਦਾ ਬੰਦਾ ਹੋਇਆ ਉਹ ਪਹਿਲਾਂ ਤਾਂ ਰੱਬ ਨੂੰ ਬੜਾ ਮੰਨਦਾ ਸੀ ਬਹੁਤ ਮੰਨਦਾ ਸੀ ਪਤਾ ਨਹੀਂ ਉਹਨੂੰ ਕੀ ਕਹਾਣੀ ਬਣੀ ਕੀ ਨਹੀਂ ਬਣੀ ਉਹ ਰੱਬ ਤੋਂ ਅਗੇਂਸਟ ਹੋ ਗਿਆ ਉਹਨੇ 3-4 ਬੁੱਕਾਂ ਲਿਖ ਚੜੀਆਂ ਰੱਬ ਤੋਂ ਅਗੇਂਸਟ ਰੱਬ ਹੈ ਹੀ ਨਹੀਂ ਬੇਵਕੂਫੀਆਂ ਨੇ ਉਹਨੇ ਕੀ ਕੀਤਾ ਹੁਣ ਤੇ ਪਿੱਛੇ ਜੀ ਭਗਤ ਜਿੰਨੇ ਵੀ ਹੋਏ ਨੇ ਜਿੰਨੇ ਵੀ ਦੁਨੀਆ ਦੇ ਵਿੱਚ ਅੱਛੇ-ਅੱਛੇ ਜੀਵ ਹੋਏ ਨੇ ਉਹ ਮੰਨਾਂ ਕੀਤਾ ਕਿ ਉਹ ਕਿਤਾਬਾਂ ਨਾ ਪੜਿਆ ਕਰੋ ਰੱਬ ਤੋਂ ਟੁੱਟ ਜਾਓਗੇ ਕਿਉਂਕਿ ਉਹਨੇ ਤਰਕ ਹੀ ਇਦਾਂ ਦੇ ਦਲੀਲਾਂ ਹੀ ਇਦਾਂ ਦੇ ਦੇ ਦਿੱਤੀਆਂ ਨੇ ਰੱਬ ਤੋਂ ਤੋੜਨ ਦੀਆਂ ਰੱਬ ਹੈ ਹੀ ਨਹੀਂ ਕੀ ਕਰੋਗੇ ਤੁਸੀਂ ਉਥੇ ਉਹਨੇ ਖੂਬ ਪ੍ਰਚਾਰ ਕੀਤਾ ਬੰਗਾਲ ਚ ਤਦ ਕਾ ਕਿ ਉਥੋਂ ਦੇ ਲੋਕਾਂ ਦੇ ਜਣਾ ਦੇ ਵਿੱਚ ਉਹ ਚੀਜ਼ ਵੜ ਗਈ ਹੈ ਬਾਅਦ ਚ ਭਗਤਾਂ ਨੇ ਆ ਕੇ ਮਨਾ ਕੀਤਾ ਨਾ ਪੜਿਆ ਕਰੋ ਕਿ ਤਬ ਇਹ ਗੱਲ ਹੈਗੀ ਆ ਰਾਮਕ੍ਰਿਸ਼ਨ ਪਰਮਹੰਸ ਜੀ ਦੀ ਵਿਵੇਕਾਨੰਦ ਜੀ ਦੇ ਗੁਰੂ ਬੜੇ ਸਿੱਧੇ ਸਾਦੇ ਜੇ ਐਦਾਂ ਦੇ ਤੇ ਗੁਰੂ ਕਦੀ ਹੋਣੇ ਵੀ ਨਹੀਂ ਮੈਂ ਤੁਹਾਨੂੰ ਦੱਸਾਂ ਬੰਗਾਲ ਦੇ ਵਿੱਚ ਤੇ ਜਿੱਦਾਂ ਜਿੱਦਾਂ ਅਸੀਂ ਕਹਿੰਨੇ ਆ ਫਕਰ ਨਾ ਕਹਿੰਨੇ ਆ ਸਾਡਾ ਗੁਰੂ ਨਾਨਕ ਆਹਾ ਮਨ ਖਿੜ ਜਾਂਦਾ ਇੱਕਦਮ ਅੰਦਰੋਂ ਇਦਾਂ ਹੀ ਬੰਗਾਲ ਦੇ ਵਿੱਚ ਵੀ ਜਿਹੜੇ ਇਹ ਸੰਨ ਰਾਮਕ੍ਰਿਸ਼ਨ ਪਰਮਹੰਸ ਇਹ ਵਾਕਈ ਰੱਬ ਨਾਲ ਜੁੜੀ ਹੋਈ ਉਹ ਰੂਹ ਸੀ ਉਹ ਆਤਮਾ ਸੀ ਨਾ ਹੋਏ ਗੱਲ ਹੀ ਛੱਡ ਦੋ ਉਹਨਾਂ ਦੀ ਵਿਵੇਕਾਨੰਦ ਜੀ ਤੇ ਉਹਨਾਂ ਦੇ ਗੁਰੂ ਉਹਨਾਂ ਦੀਆਂ ਬੜੀਆਂ ਜ਼ਬਰਦਸਤ ਕਹਾਣੀਆਂ ਨੇ ਇਹਦਾ ਕਿਸੇ ਨੇ ਮੈਂ ਤੁਹਾਨੂੰ ਸੁਣਾਵਾਂਗਾ ਤੁਹਾਡੇ ਰੂਹ ਲੋ ਕੰਡੇ ਖੜੇ ਹੋ ਜਾਣਗੇ ਤੁਸੀਂ ਹੈ ਉਹ ਇਦਾਂ ਦੇ ਸਾਧੂ ਸਨ ਇਦਾਂ ਦੇ ਮਹਾਪੁਰਖ ਸਨ ਉਹ 1 ਰੁਪਿਆ ਵੀ ਉਹਨਾਂ ਦੇ ਉੱਤੇ ਕੋਈ ਰੱਖ ਦਿੰਦਾ ਸੀ ਤਲੀ ਦੇ ਉੱਤੇ ਤੇ ਹੱਥ ਸੁੱਜ ਜਾਂਦਾ ਸੀ ਮਾਇਆ ਤਾਂ ਦੂਰ ਸਨ। ਹੱਥ ਸੁੱਜ ਜਾਂਦੇ ਨੇ। ਭੋਲੇ ਨੇ ਕੁਛ ਨਹੀਂ ਪਤਾ। ਉਹ ਆਪਣੇ ਵਿਆਹ ਕਰਾ ਕੇ ਲੈ ਕੇ ਆਏ ਨੇ ਮਾਂ ਸ਼ਰਦਾ ਨੂੰ ਆਪਣੇ ਪਿਤਾ ਤੇ ਮਾਤਾ ਦੇ ਕਹਿਣ ਤੇ ਵਿਆਹ ਕੀਤਾ। ਤੇ ਵਿਆਹ ਕਰਾ ਕੇ ਦੇ ਦੋ ਔਰਤ ਆਈ ਘਰ 'ਚ ਤੇ ਔਰਤ ਦੇ ਕੋਲ ਬਹਿ ਗਏ ਨੇ ਮੂੜੇ ਦੇ ਉੱਤੇ ਔਰਤ ਨੂੰ ਬਿਠਾਇਆ ਔਰ ਇਹ ਚਰਨਾ ਚਾਪ ਬੈ ਕੇ ਬੈਠ ਗਏ ਨੇ। ਮਾਤਾ ਕਾਲੀ ਦੇ ਉਪਾਸਕ ਨੇ بڑے ਵੱਡੇ। ਮਾਂ ਕਾਲੀ ਦੇ ਦਰਸ਼ਨ ਕਰਦੇ ਨੇ ਇਦਾਂ ਸਾਹਮਣੇ ਬੈਠ ਕੇ। ਉਹ ਸ਼ਰਦਾ ਮਾ ਸ਼ਰਦਾ ਉਹਨਾਂ ਦੀ ਪਤਨੀ ਹੈ ਉਹ ਵਿਆਹ ਕਰਾ ਕੇ ਲਿਆਏ ਤੇ ਜਿਸ ਰਾਤ ਸੁਹਾਗ ਰਾਤ ਆ ਜਿਸ ਰਾਤ ਉਹਨਾਂ ਦਾ ਵਿਆਹ ਹੋਇਆ ਬਿਠਾ ਲਿਆ ਮੂੜੇ ਦੇ ਉੱਤੇ ਹੱਥ ਜੋੜ ਕੇ ਇਦਾਂ ਬੈਠ ਗਏ ਨੇ ਆਪਣੀ ਪਤਨੀ ਦੇ ਸਾਹਮਣੇ ਔਰ ਕਹਿੰਦੇ ਨੇ ਪਤਨੀ ਨੂੰ ਇਹ ਦੇਵੀ ਮਾ ਔਰ ਪਿਤਾ ਨੇ ਮੋਝ ਪਰ ਕਿਰਪਾ ਕਰੀ ਔਰ ਤੁਹਾਰੇ ਮਾ ਔਰ ਤੁਹਾਰੇ ਪਿਤਾ ਨੇ ਤੁਮ ਪਰ ਕਿਰਪਾ ਕਰੀ ਹਮ ਦੋਨੋ ਕੋ ਜੋੜ ਦਿਆ हम एक हैं आज मैं तुम्हारा स्वामी हूं पति हूं तुम मेरी पत्नी हो ये हमारा धर्मी रिश्ता है मजबूत रिश्ता है परंतु सारी उम्र मैंने माँ 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 मां माँ माँ किया है काली के साक्षात दर्शन किए हैं एक बार नहीं कई दफा मुझे सब तरफ काली ही दिखाई देती है माँ ही जगत जननी दिखाई देती है भगवती दिखाई देती क्या करूं मैं अब मुझे तुम में भी वही दिखाई दे रही है और मैं तुम्हें हाथ लगा नहीं सकता मैं पापी हो जाऊंगा मेरे में वो पति और पत्नी घर गृहस्थी जैसा कोई मेरा जीवन नहीं मेरी वो कोई भी मेरे अंदर कोई ऐसा विकारों का कोई भी जाल नहीं है मैं इन सब चीजों से मुक्त हो रखा हूं परंतु मैं तुम्हारा दिल दुखाना नहीं चाहता क्योंकि तुम भी एक इंसान हो यह तभी संभव हो सकता है जब मैं तुमसे एक प्रार्थना कर रहा हूं तुम मेरी मां बनकर रहोगी सारे जीवन और मैं तुम्हारा पुत्र बन के रहना चाहता हूं आजीवन क्या यह स्वीकार करोगी मेरे लिए अपनी पत्नी को कहा और पत्नी ने कहा कि ठीक है ये आंखों में जब उन्होंने देखा ना समझ आ गई पत्नी ने कि आहा ये पति नहीं है ये तो भगत है ये तो परमात्मा भगत है पत्नी ने भी हाथ जोड़ के स्वामी स्वामी आप ही मेरे सब कुछ हो मेरे मां बाप ने आपके साथ जोड़ दिया मुझे अब आपने मुझे अगर मां बना के रखना है मैं भी आपसे वचनबद्ध हूं मैं आपको पुत्र बना के रखूंगी और गले लगा के अपनी गोदी में सिर रख के उसको कहा मेरे पुत्र बन के रहोगे सारी मैं मां बन के रहूंगी तुम तो। ये है वो साधु जिसकी मैं बात सुना रहा हूं ये आचरण है एक साधु का फिर केशव चंद्र मैं केशव चंद्र की कहानी सुनाने जा रहा हूं आपको उस दौर में केशव चंद्र ने दुनिया के अंदर इतना ज्यादा नेगेटिव नकारात्मक प्रचार शुरू कर दिया भगवान नहीं है भगवान होते ही नहीं है भगवान थे ही नहीं कहीं तो ये पहुंचे केशव चंद्र पहुंचे कहा पहुंचे रामकृष्ण परमहंस जी के पास क्योंकि रामकृष्ण परमहंस इकलौते संत हैं, बंगाल को जो बचा रहे हैं और इनके पीछे बड़े बड़े लोग जुड़ चुके हैं उसे अच्छा नहीं लगता कि एक एक ऐसा व्यक्ति जो अनपढ़ है और परमात्मा परमात्मा करता है माँ माँ करता है माई 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 माई, माई करता है ऐसे व्यक्ति के पीछे दुनिया इतनी लगी पड़ी है इसको तोड़ूंगा मैं और हर एक साधु के पास जाता है वो रामकृष्ण परमहंस दे को पहुंचे उन्होंने जाके कहें नहीं केशव चंद्र कनौती देना है मेरी ਆਪ ਜੀ ਨੂੰ ਸਿੱਧੀ ਚੁਣੌਤੀ ਹੈ ਮੈਂ ਕਹਿੰਨਾ ਪਰਮਾਤਮਾ ਨਹੀਂ ਹੈ ਤੁਸੀਂ ਕਹਿੰਦੇ ਹੋ ਪਰਮਾਤਮਾ ਹੈ ਇਹੋ ਹੀ ਫਰਕ ਹੈ ਬਸ ਮੇਰਾ ਤੇ ਤੁਹਾਡਾ ਤੇ ਮੈਂ ਤੁਹਾਨੂੰ ਲਲਕਾਰ ਰਿਹਾ ਆਓ ਭਰੀ ਮਹਿਫਲ ਦੇ ਵਿੱਚ ਪੂਰੇ ਕਲਕੱਤਾ ਦੇ ਵਿੱਚ ਮੈਂ ਤੁਹਾਨੂੰ ਪੂਰੀ ਸ਼ਰਿਆਮ ਦੁਨੀਆ ਦੇ ਵਿੱਚ ਤੁਹਾਡੀ ਮੈਂ ਇੱਜ਼ਤ ਉਤਾਰਾਂਗਾ ਮੈਂ ਤੁਹਾਨੂੰ ਉਹੋ ਜਿਹਾ ਮੈਂ ਦਲੀਲਾਂ ਤੇ ਤਰਕ ਦਵਾਂਗਾ ਤੁਸੀਂ ਰਾਮਕ੍ਰਿਸ਼ਨ ਜੀ ਆਪਣੇ ਆਪ ਨੂੰ ਕਹਿੰਦੇ ਹੋ ਰੱਬ ਹੈ ਮੈਂ ਕਹਿੰਦਾ ਰੱਬ ਨਹੀਂ ਹੈ ਚਲੋ ਆਓ ਮਜ਼ਾ ਇਹ ਹੈ ਕਿ ਪਰੀਸ ਦੁਨੀਆ ਦੇ ਵਿੱਚ ਬੈਠ ਕੇ ਇੱਕ ਦੂਜੇ ਦੀ ਗੱਲਬਾਤ ਕੀਤੀ ਜਾਵੇ ਤੇ ਸਾਰੀ ਦੁਨੀਆ ਵੇਖੇ ਕਿ ਰੱਬ ਹੈਗਾ ਕਿ ਨਹੀਂ ਹੈਗਾ ਰਾਮਕ੍ਰਿਸ਼ਨ ਪਰਮੰਸ ਕਹਿੰ ਲੱਗੇ ਭਾਈ ਇਹ ਤੂੰ ਕਿਹੜੀਆਂ ਗੱਲਾਂ ਕਰਦਾ ਤੇਰਾ ਮਨ ਹੈ ਭਾਈ ਜੋ ਮਰਜ਼ੀ ਕਰੇ ਨਹੀਂ ਮੈਂ ਤਾਂ ਤੁਹਾਨੂੰ ਹਰਾਣਾ ਹੈ ਰਾਮਕ੍ਰਿਸ਼ਨ ਪਰਮੰਸ ਜੀ ਬੜੇ ਭੋਲੇ ਭਾਵ ਚ ਸੀ ਬੜੇ ਭੋਲੇ ਚ ਸੀ ਉਹ ਕਿ ਇੰਨਾ ਭੋਲਾ ਸੁਭਾਅ ਹੋਣਾ ਹੀ ਨਹੀਂ ਕਿਸੇ ਦਾ ਮਤਲਬ ਦੱਸ ਹੱਥ ਜੋੜ ਕੇ ਕਹਿੰਦੇ ਕਹਿੰਦੇ ਠੀਕ ਹੈ ਤੁਹਾਡਾ ਜੋ ਦਿਲ ਕਰਦਾ ਉਹ ਤੂੰ ਕਰ ਤੂੰ ਮੈਨੂੰ ਹਰਾਣਾ ਨਾ ਚੱਲ ਹਰਾ ਲੈ ਚੱਲ ਆ ਜਾ ਚੱਲੀ ਐਦਾਂ ਨਹੀਂ ਪੂਰੇ ਕਲਕੱਤਾ ਦੇ ਅੱਗੇ ਕਹਿੰਦੇ ਚੱਲ ਠੀਕ ਹੈ ਬੁਲਾ ਲੈ ਜਿੰਨਿਆਂ ਨੂੰ ਬੁਲਾਉਣਾ ਹਜ਼ਾਰਾਂ ਬੰਦੇ ਬੁਲਾਏ ਗਏ ਸਟੇਜ ਬਣਾਈ ਗਈ ਅਬ ਰਾਮਕ੍ਰਿਸ਼ਨ ਜੀ ਬੈਠੇ ਨੇ ਕੇਸ਼ੋ ਚੰਦਰ ਬੈਠ ਕੇਸ਼ੋ ਚੰਦਰ ਨੇ ਸਿੱਧਾ ਹੀ ਪੁੱਛਿਆ ਆਂਦੇ ਹੀ ਦੁਨੀਆ ਵੀ ਬੈਠੀ ਸਾਰੀ ਖੜੋ ਗਈ ਕਿ ਹੁਣ ਸੁਣਨੇ ਆ ਕੀ ਹੈ ਕੇਸ਼ੋ ਚੰਦਰ ਨੇ ਸਭ ਨਾਲ ਪਹਿਲਾਂ ਜਿਹੜਾ ਪ੍ਰਸ਼ਨ ਕੀਤਾ ਉਹ ਕਹਿੰਦਾ ਕਿ ਮੈਂ ਖੰਡਨ ਕਰਨਾ ਸ਼ੁਰੂ ਕਰਾਂ ਰੱਬ ਦਾ ਕਿ ਤੁਸੀਂ ਮੰਡਨ ਕਰਨਾ ਆਪ ਮੰਡਨ ਕਰੇਗੇ ਜਾਂ ਮੈਂ ਖੰਡਨ ਕਰੂੰ ਇਹ ਉਹਦਾ ਪ੍ਰਸ਼ਨ ਸੀ रामकृष्ण जी कहने लगे नहीं तुमने मुझे बुलाया है तुम ही खंडन शुरू करो केशव चंद्र ने एक दोहा बोला वो दोहा इस तरह से सी अन्न से अन्न हुआ घास से घास अन्न से हुआ अन्न ਕਾਸ ਸੇ ਹੁਆ ਘਾਸ ਮਨੁष्य ਸੇ ਮਨੁष्य ਤੋ ਕਰਤਾ ਵਰ ਨ ਕੋਈ ਰੱਬ ਹੈ ਹੀ ਨਹੀਂ ਵਿੱਚ ਅੰਨ ਸੇ ਰੋਟੀ ਨੇ ਰੋਟੀ ਪੈਦਾ ਕਰਦੀ ਕਾਹਨੇ ਕਾ ਪੈਦਾ ਕਰਦਾ ਮਨੁष्य ਮਨੁष्य ਪੈਦਾ ਕਰਦਾ ਹੈ ਭਗਵਾਨ ਕਿੱਥੋਂ ਆ ਗਿਆ ਨੇ ਵਿੱਚ ਉਹਨੇ ਇਹ ਦੋਹਾ ਬੋਲ ਕੇ ਸ਼ੁਰੂਆਤ ਕੀਤੀ ਅਬ ਜਬ ਜੀ ਦੋਹਾ ਬੋਲ ਕੇ ਉਸਨੇ ਸ਼ੁਰੂਆਤ ਕਰ ਦਿੱਤੀ ਉਹ ਖੂਬ ਬੋਲਿਆ ਪਰਮਾਤਮਾ ਨਹੀਂ ਹੈ ਔਰ ਦਲੀਲਾਂ ਵੀ ਇਹੋ ਜਿਹੀਆਂ ਦਿੱਤੀਆਂ ਉਹਨੇ ਕਹਿੰਦੇ ਨੇ ਸਾਰੀ ਦੁਨੀਆ ਦੇ ਵਿੱਚ ਉੱਥੇ ਜਿੰਨੀ ਦੁਨੀਆ ਖਲੋਤੀ ਸੀ ਉਹ ਇੱਕ ਗੱਲ ਦੇ ਵਾਹ ਕਿ ਸ਼ੋਚੰਦਰ ਵਾਹ ਕਮਾਲ ਉਹਨੇ ਇਹ ਪ੍ਰਮਾਣਿਤ ਕਰ ਦਿੱਤਾ ਕਿ ਪਰਮਾਤਮਾ ਹੈ ਹੀ ਨਹੀਂ ਦੁਨੀਆ ਮੇ ਇਹ ਦੁਨੀਆ ਆਪਣੇ ਆਪ ਹੀ ਚੱਲ ਰਹੀ ਹੈ ਪਰਮਾਤਮਾ ਨਾਮ ਕੀ ਕੋਈ ਚੀਜ਼ ਹੀ ਨਹੀਂ ਹੈ ਉਸਕੀ ਬੁੱਕੇ ਵੀ ਐਸੀ ਹੈ ਕਿਤਾਬੇ ਵੀ ਉਸਕੀ ਐਸੀ ਹੈ ਜੋ ਨਾਸਤਿਕ ਲੋਕ ਹੈ ਉਨਕੇ ਲਈ ਉਹ ਭਗਵਾਨ ਹੈ ਇੱਕ ਵਕਤ ਰੱਬ ਨੂੰ ਮੰਨਦਾ ਸੀ ਇੱਕਦਮ ਚੇਂਜ ਆ ਗਿਆ ਰੱਬ ਨੂੰ ਨਕਾਰ ਦਿੱਤਾ ਇਦਾਂ ਦੀ ਦੁਨੀਆ ਵੀ ਹੈਗੀ ਦੁਨੀਆ 'ਚ ਤਦੇ ਬੰਗਾਲ ਅਜੇ ਤੱਕ ਉੱਭਰਿਆ ਹੀ ਨਹੀਂ ਅਜੇ ਤੱਕ ਬੰਗਾਲ ਦੇ ਦਿਮਾਗ 'ਚ ਰੱਬ ਨਾਮ ਦੀ ਚੀਜ਼ ਨਹੀਂ ਪਈ ਤਦੇ ਕਮਿਊਨਿਸਟ ਸਰਕਾਰ ਵੀ ਉੱਥੇ ਰਾਜ ਕਰਨ ਢੀ ਅਜੇ ਤੱਕ ਕਿਉਂਕਿ ਦੂਜੀ ਸਰਕਾਰ ਹੀ ਰਾਜ ਨਹੀਂ ਕਰ ਸਕੀ ਉਹ ਉਹਨੇ ਦਲੀਲਾਂ ਦਿੱਤੀਆਂ 2 3 ਘੰਟੇ 4 ਘੰਟੇ ਬੋਲਿਆ ਥੋੜਾ ਬੋਲਿਆ ਹੁਣ ਜੋ ਚੁੱਪ ਹੋ ਗਿਆ ਰਾਮਕ੍ਰਿਸ਼ਨ ਪਰਮਹੰਸ ਵੀ ਕਹਿਣ ਵਾ ਆਹਾ ਆਹਾ ਜੋ ਚੁੱਪ ਹੋਇਆ ਕਿਆ ਲਗਾ ਕਰੋ ਮੰਡਨ ਆ ਬਾਪ ਮਨੇ ਖੰਡਨ ਕਰ ਦਿਆ ਪਰਮਾਤਮਾ ਕਾਬ ਮੰਡਨ ਕਰੋ ਰਾਮਕ੍ਰਿਸ਼ਨ ਜੀ ਉੱਠੇ ਔਰੇ ਚਰਨ ਪਕੜੇ ਮੱਥਾ ਟੇਕਿਆ ਚਰਨਾ ਨੂੰ ਹੱਥ ਜੋੜੇ ਕਹਿੰਦੇ ਆਹਾ ਮੇਰੇ ਗਲੇ ਲਗੋ ਕੇਸ਼ੋਚੰਦਰ ਤੂੰ ਮੇਰੇ ਗਲੇ ਲਗੋ ਕੇਸ਼ੋਚੰਦਰ ਬੜਾ ਹੈਰਾਨ ਮੱਥਾ ਟੇਕ ਦਿਆ ਅਬ ਮੈਨੂੰ ਕਹਿੰਦੇ ਗਲੇ ਲਗੋ ਗਲੇ ਲਗਾ ਲਿਆ ਹੱਥ ਚੁੰਮੇ ਆਹ ਤੁਹਾਡਾ ਤੁਹਾਡਾ ਸ਼ੁਕਰੀਆ ਕੇਸ਼ੋਚੰਦਰ ਉਹ ਕੈਨ ਲਗਾ ਕਮਾਲ ਹੈ ਮੈਂ ਇਹਨਾਂ ਦੀ ਮੈਂ ਰੱਬ ਨੂੰ ਨਕਾਰਾਤਮਕ ਕਰਨਿਆ ਰੱਬ ਹੈ ਹੀ ਨਹੀਂ ਰੱਬ ਨੂੰ ਮੈਂ ਚੰਗੀ ਤਰ੍ਹਾਂ ਖੰਡਨ ਕਰਤਾ ਇਹ ਕਹਿੰਦੇ ਨੇ कमाल उन्हें समझ नहीं पै रही कि हो कि बड़ा हैरान रामकृष्ण पता अंस्पतक ही ने हाथ जोड़ के कहते हैं कि केशव चंद्र पहले मैं मानता था कहीं ना कहीं भगवान और माई जगत जननी के ऊपर मेरा जो भरोसा था कहीं ना कहीं डोलता था कहीं ना कहीं मैं सोचता था कहीं ना कहीं मेरे को लगता था कि भगवान शायद नहीं है शायद वो जगत जननी तक ही सीमित शायद वो यहां तक ही है आपने जो केशव चंद्र आज जो दलीलें दी हैं कि भगवान नहीं है आज आपने मुझे प्रमाण दे दिया है आज मेरा यकीन पक्का और मजबूत और ठोस हो गया है कि परमात्मा यही है और वो तुम्हारे मुख से बोल रहा है क्योंकि अपने आप को खंडन वो कर सकता है जो परमात्मा हो इतनी बड़ी दलीलें कोई और नहीं दे सकता तुम्हारे भीतर मुझे परमात्मा दिखाई दे गया आज वो तो सारी बाजी पलट गई वो खंडन कर रहा सी और रामकृष्ण परमान से कहते मुझे तुम्हारे में परमात्मा दिखाई दिया तुम बोल नहीं रहे थे तुम्हारे अंदर तो परमात्मा बोल रहा था क्योंकि खुद को वही खंडन कर सकता है इतनी बड़ी दलीलें वही दे सकता है खुद के बारे में कोई कुछ कुछ नहीं कर सकता उन मत्था टेक के गले ला के उन केशव चंद्र उठे उठ के और सारी भरी संगत थी और कहा केशव चंद्र ने कहता आज इस साधु को मैंने हरा दिया है इनके पास दलील और तर्क नहीं है मेरी बातों का ये मंडन नहीं कर सकते इस बातों का जो मैंने खंडन कर दिया है परंतु आज पहली दफा केशव चंद्र महसूस कर रहा है कि आज केशव चंद्र इस साधु को हराकर खुद हार गया है क्योंकि इन्होंने जो मुझे बात कह दी एक छोटी सी मैंने चार घंटे लगाए ये समझाने की परमात्मा नहीं है इन्होंने छोटी सी दलील दे दी कि जो तू बोल रहा है केशव चंद्र वो परमात्मा बोल सकता है कोई और बोल नहीं सकता इसलिए तेरे अंदर छुपा हुआ है परमात्मा अब मैं मजबूर हो गया हूँ सोचने के कि परमात्मा मेरे में बैठा हुआ है कि नहीं बैठा हुआ इदा के भी लोग ने सर साधु संत ने जेडे नकारात्मक सोचा नकारात्मक कर देंगे बुद्धि ठीक कर दंदे बंदे ताही ते साधु चाहिदा ताही ते संत चाहिदा केही ਲੜਾਈਆਂ ਕਰਦੇ ਆਈਏ ਕਿ ਕਲਯੁਗ ਕਲਾ ਦਾ ਯੁੱਗ ਹੈ ਲੜਾਈਆਂ ਝਗੜੇ ਦਾ ਯੁੱਗ ਹੈ ਅਸੀਂ ਲੜਾਈਆਂ ਕਰਦੇ ਆਈਏ ਅਸੀਂ ਉਹਦੇ ਕੋਲ ਆਈਏ ਤਾਂ ਸ਼ਾਂਤ ਕਰਦੇ 2 ਮਿੰਟਾਂ ਦੇ ਵਿੱਚ ਆਪਣੀ ਦ੍ਰਿਸ਼ਟੀ ਉਹ ਆਪਣੀਆਂ ਦਲੀਲਾਂ ਦੇ ਨਾਲ ਤੁਹਾਨੂੰ ਠੰਡਿਆ ਕਰਦੇ ਸ਼ਾਂਤ ਕਰਦੇ ਉਹ ਤੁਹਾਡੇ ਅੰਦਰ ਇਹ ਸ਼ਾਂਤੀ ਦਾ ਪੈਗਾਮ ਪਸਛ ਤੋ ਸਾਰੇ ਰੱਬ ਨਾਲ ਜੁੜੇ ਹੋ ਚੰਗੇ ਚੰਗੀਆਂ ਰੂਹਾਂ ਬੈਠੀਆਂ ਹੋ ਉੱਥੇ ਮੈਨੂੰ ਵੀ ਤੁਹਾਡੇ ਚ ਕੱਲੇ ਕੱਲੇ ਚ ਪਰਮਾਤਮਾ ਜਗਤ ਜਨਨੀ ਭਗਾਉਤੀ ਅਲੱਗ ਅਲੱਗ ਰੂਪਾਂ ਦੇ ਵਿੱਚ ਪਰਮਾਤਮਾ ਬਸਿਆ ਹੋਇਆ ਨਾਮ ਰੱਖੇ ਨੇ ਪਰਮਾਤਮਾ ਨੇ ਆਪਣੇ ਹੈ ਅਨੇਕ ਨਾਮ ਨੇ ਮੇਰੇ ਪ੍ਰਭੂ ਦੇ ਉਹ ਤੁਹਾਡੇ ਚ ਬੈਠਾ ਬਸ ਤੇ ਤੁਸੀਂ ਤੁਹਾਡਾ ਹੁਣ ਜਨਮ ਸ਼ੁਰੂ ਹੁੰਦਾ ਹੈ ਤੁਸੀਂ ਵੀ ਉਹਰੇ ਵੱਲ ਧਿਆਨ ਦੇਵੋ ਦੀ ਜਮਲ ਨਾ ਧਿਆਨ ਦੋ ਦੁਨੀਆ ਤੁਹਾਡੇ ਕੋਲ ਹੈ ਦੁਨੀਆ ਵੱਲ ਭਜਨ ਦੀ ਲੋੜ ਨਹੀਂ ਤੁਹਾਨੂੰ ਦੁਨੀਆ ਬਣਾਉਣ ਵਾਲੇ ਦੀ ਲੋੜ ਹੈ ਜਿਹਨੇ ਦੁਨੀਆ ਬਣਾਈ ਹੈ ਉਹਦੀ ਸੋਚ ਸੋਚੋ ਬਸ ਉਹਦਾ ਧਿਆਨ ਕਰੋ ਉਹਦਾ ਸ਼ੁਕਰ ਕਰੋ ਮੈਂ ਉਦੋਂ ਤੋਂ ਜੋਤ ਬੈਠਾ ਮੈਂ ਇਹੋ ਹੀ ਬੇਨਤੀ ਕਰਨ ਡਿਆ ਤੁਹਾਨੂੰ ਸਾਰਿਆਂ ਨੂੰ ਕਿ ਅਸੀਂ ਲੋਕ ਭੁੱਲ ਗਏ ਆ ਪਿਛੜ ਗਏ ਆ ਉਸ ਪਰਮ ਪਿਤਾ ਪਰਮਾਤਮਾ ਤੋਂ ਕੋਲੋਂ ਸਾਨੂੰ ਮਿਲਣਾ ਕਿੱਦਾਂ ਹੈ ਇਹਦੀ ਕਰੋ ਅੱਜ ਗੱਲਬਾਤ ਕਰੋ ਅੱਜ ਸੋਚੋ ਸਲਾਹ ਕਰੋ مشورہ ਕਰੋ ਬੈਠੋ ਘਰਾਂ ਚ ਬੈਠੋ ਗੱਲਬਾਤ ਕਰੋ ਇੱਕ ਦੂਜੇ ਨਾਲ ਕਿ ਰੱਬ ਨੂੰ ਮਿਲਣਾ ਕਿੱਦਾਂ ਰੱਬ ਜੀ ਕਿੱਦਾਂ ਮਿਲਗੇ ਤੁਹਾਨੂੰ بس ਇਹ ਗੱਲ ਗੱਲਾਂ ਬਾਤਾਂ ਸਾਰੀਆਂ ਵਾਹਿਗੁਰੂ ਤੱਕ ਕਿੱਦਾਂ ਜਾਣਾ ਹੈ ਉਹ ਭਗੋਤੀ ਤੱਕ ਕਿੱਦਾਂ ਜਾਣਾ ਹੈ ਉਸ ਰੱਬ ਤੱਕ ਕਿੱਦਾਂ ਜਾਣਾ ਹੈ ਇਹ ਗੱਲ ਕਰੋ ਬਸ یہی ਜੀਵਨ ਹੈ ਤੁਹਾਡਾ ਕਰੋਗੇ ਸਾਰੇ ਸਮਝ ਪਈ ਮੇਰੀ ਗੱਲਾਂ ਦੀਆਂ ਕੀ ਸਮਝ ਪਈ ਹੈ ਯਾ ਸਮਝ ਪੜੀ ਹੈ ਸਮਝੇ ਪਈਏ ਇੱਕ ਹੈ ਰੱਬ ਜਿਹਨੂੰ ਅਸੀਂ ਹੁਣ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਬੇਨਤੀ ਕੀਤੀ ਸੀ ਆਪ ਪਤੀ ਕੋ ਪਿਤਾ ਨਹੀਂ ਕਹਿ ਸਕਦੇ ਨਾ ਬਣਾ ਸਕਦੇ ਹੋ ਔਰ ਪਿਤਾ ਨੂੰ ਪਤੀ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਨਾ ਹੈ ਮਾਂ ਨੂੰ ਪਤਨੀ ਨਹੀਂ ਬਣਾ ਸਕਦੇ ਔਰ ਪਤਨੀ ਨੂੰ ਮਾਂ ਨਹੀਂ ਬਣਾ ਸਕਦੇ ਹੈ ਨਾ ਪਰ ਇੱਕ ਹੈ ਮੇਰਾ ਮਾਲਕ ਜਿਹੜਾ ਹਰ ਜਿਓ ਮਾਤਾ ਹਰ ਜਿਓ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਪਲ ਉਹ ਹਰੀ ਬੈਠਾ ਰੱਬ ਬੈਠਾ ਜਿੰਨੂੰ ਅਸੀਂ ਮਾਤਾ ਪਿਤਾ ਭੈਣ ਭਰਾ ਮਾਤਾ ਕਹਿੰਦੇ ਤੂੰ ਮੇਰਾ ਪਿਤਾ ਤੂੰ ਹੀ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਮੇਰਾ ਦਾਤਾ ਮੈਨੂੰ ਤੇਰੇ ਵਿੱਚ ਹੀ ਮਾਂ ਦਿਖਾਈ ਦਿੰਦੀ ਏ ਮੈਨੂੰ ਤੇਰੇ ਵਿੱਚ ਪਿਓ ਦਿਖਾਈ ਦਿੰਦਾ ਮੈਨੂੰ ਤੇਰੇ ਵਿੱਚ ਹੀ ਪਤਨੀ ਦਿਖਾਈ ਦੇਤੀ ਹੈ ਔਰ ਮੁਝੇ ਤੇਰੇ ਵਿੱਚ ਹੀ ਮੇਰੇ ਸਾਰੇ ਸੁੱਖ ਆਰਾਮ ਦਿਖਾਈ ਦਿੰਦੇ ਨੇ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਬਣੀ ਥਾਈ ਤਾਂ ਪੋ ਕਿਹਾ ਕੜਾ ਜੀ ਇੰਨਾ ਬਲੰਦ ਆਪਣਾ ਪਰੋਂ ਸਟਕਾਓ ਤੁਹਾਡਾ ਕੋਈ ਹੌਸਲਾ ਵੀ ਟਾ ਦੇ ਤੁਹਾਨੂੰ ਕੋਈ ਦੁੱਖ मतलब ਨਹੀਂ ਬਣ ਆਪਣੀ ਆਪਣੀ ਰੋਜ਼ਮਰਾਂ ਦੇ ਵਿੱਚ ਨਿਯਮਾਵਲੀ ਨਿਯਮਾਵਲੀ ਦੇ ਨਾਲ ਸਵੇਰੇ ਉੱਠੋ ਅਮਰਤ ਵੇਲੇ ਉੱਠਿਆ ਕਰੋ ਨਾਮ ਜਪਿਆ ਕਰੋ ਸ਼ਾਮ ਪਿੰਦੇ ਪਿੰਦੇ ਫਿਰ ਰੱਬ ਨੂੰ ਯਾਦ ਕੀਤਾ ਰਾਤੀ ਹੋਏ ਰਾਤੀ ਵੀ ਸੌਣ ਲੱਗਿਆ ਰੱਬ ਨੂੰ ਯਾਦ ਕਰਕੇ ਸੁੱਤੇ ਵੇਖੋ ਜੀਵਨ ਪਲਟ ਜਾਏਗਾ ਤੁਹਾਡਾ ਮੇਰੀ ਗੱਲ ਮੰਨ ਲਓ ਨਾਮ ਜਪਿਆ ਕਰੋ ਬਸ ਤੇ ਜੋ ਨਾਮ ਜਪਣ ਵਾਸਤੇ ਇੱਕ ਨਾਮ ਹੀ ਹੈ ਜਿਹੜਾ ਰੱਬ ਤੱਕ ਲੈ ਕੇ ਜਾਂਦਾ ਤੁਹਾਨੂੰ ਬਸ ਉਸ ਨਾਮ ਨੂੰ ਜਪੋ ਸ਼ਬਦ ਨੂੰ ਜਪੋ ਤਾਂ ਸਾਰੇ ਕੰਮ ਹੋ ਜਾਣਗੇ ਪੂਰੇ ਰਮਾਇਣ ਵੀ ਉਹ ਹੀ ਕਹਿੰਦੀ ਹੈ गोस्वामी तुलसीदास जी ਨੇ ਵੀ ਕਿਹਾ ਰਮਾਇਣ ਚ ਸਾਖਸ਼ਾਤ ਕਹਾ ਕਹੂੰ ਲਗ ਨਾਮ ਬੜਾਈ RAM ਨਾ ਸਕੇ ਨਾਮ ਗੁਣ ਗਾਈ ਮੈਂ ਕੀਆ ਵਡਿਆਈ ਕਰੂੰ ਨਾਮ ਕੀ RAM ਜੀ ਕੋ ਵੀ ਮੈਨੇ ਕਹਾ ਪੁੱਛਾ हे RAM ਤੂੰ ਬੜਾ ਕੇ ਤੇਰਾ ਨਾਮ ਬੜਾ ਬੋਲੇ ਮੇਰਾ ਨਾਮ ਬੜਾ ਰਾਮ ਵੀ ਚੁੱਪ ਹੋ ਗਏ ਪ੍ਰਭੂ ਵੀ ਰੱਬ ਵੀ ਚੁੱਪ ਹੋ ਗਏ ਨੇ ਉਹ ਕਹਿੰਦੇ ਮੇਰਾ ਨਾਮ ਵੱਡਾ ਕਿਉਂਕਿ ਮੇਰੇ ਨਾਮ ਕਰਕੇ ਮੈਂ ਹਾਂ ਤੁਸੀਂ ਹੁਣ ਬੁਲਾਣਾ ਤੁਸੀਂ ਹੁਣ ਬੁਲਾਣਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕੀ ਕਹੋਗੇ ਨਾਮ ਹੀ ਤੇ ਹੈ ਤੁਹਾਡੇ ਕੋਲ ਕੋ ਕੀ ਚੀਜ਼ ਹੈ ਤੁਹਾਡੇ ਕੋਲ ਨਾਮ ਹੀ ਤੇ ਹੈ ਤੇ ਤੁਸੀਂ ਕੀ ਕਰੋਗੇ ਆਹਵਾਨ ਕਰੋਗੇ ਬੋਲੋਗੇ ਧੰਨ ਹੋ ਨਾਨਕ ਧੰਨ ਹੋ ਨਾਨਕ ਧੰਨ ਗੁਰੂ ਨਾਨਕ ਤੇ ਗੁਰੂ ਨਾਨਕ ਕਦੀ ਦਰਸ਼ਨ ਵੀ ਦੇ ਦੇਗਾ ਤੁਸੀਂ ਬੁਲਾਣਾ ਨਾਰਾਇਣ ਨੂੰ ਤੇ ਨਾਰਾਇਣ ਦੀ ਕੀ ਨਾਰਾਇਣ ਥੋੜੀ ਹੈ ਸਾਡੇ ਕੋਲ ਕੋਈ ਨਾਮ ਆਉਦਾ ਕੀ ਨਾਮ ਆ ਓਮ ਨਮੋ ਨਾਰਾਇਣਾ ਓਮ ਨਮੋ ਨਾਰਾਇਣਾ ਨਾਮਿਤ ਹੈ ਓਮ ਨਮੋ ਭਗਵਤੇ ਵਾਸudevਾਇ ਹੈ ਇਹ ਨਾਮਿਤ ਹੈ ਆਪ ਨਾਮ ਸੇ ਬੁਲਾ ਰਹੇ ਹੋ ਪਰਮਾਤਮਾ ਕੋ ਪਰਮਾਤਮਾ ਭਾਗਾ ਚਲਾਏਗਾ ਕਿ ਆ ਜਾ ਮੇਰੇ ਪ੍ਰਭੂ ਮੈਂ ਤੁਮੇ ਬੁਲਾ ਰਹਾ ਹੂੰ ਯਹੀ ਨਾਮ ਕੀ ਤਾਕਤ ਸ਼ਕਤੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਕਹੇਗਾ ਤੁਮ ਨੂੰ ਬੁਲਾ ਰਹੇ ਹਾਂ ਹਾਂਜੀ ਆਵਾਨ ਕਰ ਰਹੇ ਹਾਂ ਵਾਹਿਗੁਰੂ ਤੇਰਾ ਮੈਂ ਆ ਰਿਹਾ ਤੋ ਆਵੇਗਾ ਤੁਹਾਡੇ ਦੁੱਖ ਅੱਜ ਤੁਹਾਨੂੰ ਨਈ ਨਜ਼ਰ ਨਹੀਂ ਆਵੇਗਾ ਤੁਹਾਡੇ ਦੁੱਖ ਦੂਰ ਕਰ ਜਾਏਗਾ ਪਰ ਇੱਕ ਟਾਈਮ ਆਏਗਾ ਜਦੋਂ ਤੁਸੀਂ ਬਹੁਤ ਰੱਬ ਚ ਮਿਲ ਜਾਓਗੇ ਘੁੱਲ ਮਿਲ ਜਾਓਗੇ ਰੱਬ ਹੀ ਰੱਬ ਤੁਹਾਨੂੰ ਦਿਖਾਈ ਦੇਵੇਗਾ ਜਦੋਂ ਮੈਂ ਤੁਹਾਨੂੰ ਖੁਣੇ ਸਾਰੀਆਂ ਸਾਖੀਆਂ ਸੁਣਾਈਆਂ ਤੁਹਾਡਾ ਧਿਆਨ ਰੱਬ ਚ ਖੁੱਭ ਜਾਏਗਾ ਚੰਗੀ ਤਰ੍ਹਾਂ ਫਿਰ ਰੱਬ ਤੁਹਾਨੂੰ ਦਿਖਾਈ ਵੀ ਦੇਣ ਲੱਗ ਪੇਗਾ ਖੱਲੇ ਨਹੀਂ ਇਟਸ ਟੂ अर्ਲੀ ਕਿਉਂਕਿ ਇਨਸਾਨ ਕੋ ਤਾਕਤ ਨਹੀਂ ਹੈ ਸਮਰੱਥਾ ਨਹੀਂ ਹੈ ਤੁਹਾਨੂੰ ਅੱਖਾਂ ਵੀ ਚਾਹੀਦੀਆਂ ਨੇ ਰੱਬ ਨੂੰ ਵੇਖਣ ਵਾਲੀਆਂ ਜਿਵੇਂ ਮੈਂ ਕ੍ਰਿਸ਼ਨ ਮਹਾਰਾਜ ਦੀ ਗੱਲ ਸੁਣਾਉਣਾ ਹੁੰਦਾ ਕਿ ਭਗਵਾਨ ਕ੍ਰਿਸ਼ਨ ਕਹਿੰਦੇ ਹਨ ਅਰਜੁਨ ਸੇ ਅਰਜੁਨ ਜਦੋਂ ਉਹਨੂੰ ਉਹਨਾਂ ਨੇ ਦਿੱਤਾ ਨਾ ਆਪਣਾ ਉਪਦੇਸ਼ ਦਿੱਤਾ ਸੀ ਨਾ ਕੀਟਾ ਦਾ 18 ਅਧਿਆਇ ਸੁਣਾਇਆ ਸੀ ਸਤਸੰਗ ਸੁਣਾਇਆ ਸੀ ਉਹਨੂੰ ਵੀ ਸਤਸੰਗ ਸੁਣਾਉਣਾ ਪਿਆ ਗਿਆ ਸੀ ਅਰਜੁਨ ਨੂੰ ਭਗਵਾਨ ਕ੍ਰਿਸ਼ਨ ਖੜੇ ਹੋਏ ਆਪਣੇ ਵਿਰਾਟ ਰੂਪ ਚ ਤੇ ਹੁਣ ਨਜ਼ਰ ਨਹੀਂ ਆਏ ਸੀ ਅਰਜੁਨ ਨੂੰ ਅਰਜੁਨ ਨੂੰ ਕਹਿੰਦੇ ਅਰਜੁਨ ਦੇਖ ਮੁਝੇ ਅਰਜੁਨ ਕਹਿੰਦਾ ਪ੍ਰਭੂ ਮੈਨੂੰ ਕੋਈ ਦਿਖ ਨਹੀਂ ਰਹੀ ਆਪ ਸਭ ਕੁਝ ਮੈਨੂੰ ਧੁੰਦੀ ਧੁੰਦ ਦਿਖਾਈ ਦੇ ਰਹੀ ਹੈ ਧੁੰਦੀ ਧੁੰਦ ਦਿਖਾਈ ਦੇ ਰਹੀ ਹੈ ਕਿਉਂਕਿ ਧੁੰਦ ਹੈ ਈਸ਼ਵਰ ਕੋ ਦੇਖਾ ਹੀ ਨਹੀਂ ਜਾ ਸਕਦਾ ਹਮਾਰੇ ਪਾਸ ਉਹ ਸਮਰਥਾ ਨਹੀਂ ਹੈ ਤਾਕਤ ਨਹੀਂ ਅਹੀ ਇਹਨੇ ਤਾਕਤਵਰ ਨਹੀਂ ਆ ਰੱਬ ਨੂੰ ਵੇਖ ਸਕੀ ਉਹ ਕਹਿੰਦੇ ਵੇਖ ਅਰਜੁਨ ਕੋ ਕਹਤੇ ਹੈ ਦੇਖ ਮੁਝੇ ਬੋਲੇ ਨਹੀਂ ਪ੍ਰਭੂ ਮੈਂ ਨਹੀਂ ਦੇਖ ਪਾ ਰਹਾ ਅੱਛਾ भगवान ने अपनी आंखें दी बोले रुक अपनी आंखें अर्जुन को दी थोड़ी देर के लिए कि ये देख कि मेरी आंखें ले मेरी आंखों से ही मुझे देख पाएगा ऐसे नहीं देख सकता तब जाकर अर्जुन को कृष्ण महाराज ही नजर आ रहे ने अही लोग भी ते परमात्मा ਕੋਲੋਂ ਬਸ਼ਕਤੀਆਂ ਮੰਗਣੀਆਂ ਨੇ ਮਾਰੇ ਤੁਹਾਨੂੰ ਵੇਖਣਾ ਸੀ ਔਰ ਦੇਖਣਾ ਨਹੀਂ ਦੇਖਣਾ ਰੱਬ ਨੂੰ ਤੱਕਣਾ ਨਹੀਂ ਤੱਕਣਾ ਸਿੱਧੀ ਜੀ ਗੱਲ ਹੈ ਵਾਹਿਗੁਰੂ ਮੇਰਾ ਨજર ਆ ਜਾਏ ਬਸ ਗੱਲ ਖਤਮ ਤੇ ਉਹਨੂੰ ਕਹਿਣਾ ਮਹਾਰਾਜ ਤੁਸੀਂ ਮੈਂ ਆਪ ਆਪਣੀਆਂ ਅੱਖਾਂ ਹੀ ਦੇ ਨਾਨਕ ਨਦਰੀ ਨਦਰ ਨਿਹਾਲ ਉਹ ਨਦਰ ਦਵੋ ਜਿਹੜੀ ਮੈਨੂੰ ਨਹਾਲ ਕਰ ਦੇਵੇ ਬੇੜਾ ਪਾਰ ਕਰ ਦੇ ਮੇਰਾ ਮੇਰੇ ਤੇ ਕਿਰਪਾ ਕਰੋ ਮਹਾਰਾਜ ਜੀ ਐਸੀ ਦਇਆ ਕਰੋ ਦੋਏ ਦੋਏ ਲੋਚਨ ਪੇਖਾਂ ਹਉ ਹਰ ਬਿਨ ਅਵਰ ਨਾ ਦੇਖਾਂ ਮੈਨੂੰ ਰੱਬ ਤੋਂ ਬਿਨਾ ਦੇਖਣਾ ਹੀ ਕੁਝ ਨਹੀਂ ਹੈ ਇਹ ਜਿਹੜੇ ਦੋਏ ਦੋਏ ਲੋਚਨ ਪੇਖਾਂ ਇਹ ਦੋ ਦੋ ਅੱਖਾਂ ਦਿੱਤੀਆਂ ਨੇ ਤੁਹਾਨੂੰ ਵੇਖਣ ਬਸ ਕਾਗਾ ਕਰੰਗ ਟਟੋਲਿਆ ਸਬਣਾ ਖਾਇਆ ਮਾਸ ਇਹ ਦੋ ਨੈਨਾ ਨਾ ਚੂਵੋ ਪ੍ਰਭ ਦੇਖਣ ਕੀ ਆਸ ਪ੍ਰਭ ਮੈਨੂੰ ਤੜਪ ਆਸ ਮੈਂ ਤੁਹਾਨੂੰ ਕਿਸੇ ਨਾ ਕਿਸੇ ਦਿਨ ਦੇਖਾਂਗਾ ਅੱਜ ਚੰਗੇ ਕੰਮ ਕਰਨੇ ਸ਼ੁਰੂ ਕਰ ਦੋ ਬੱਸ ਆਲੇ ਇੱਕ ਨਾ ਇੱਕ ਦਿਨ ਜੀਤੋਗੇ ਮਹਾਰਾਜ ਜੀ ਕੀ ਬਾਣੀ ਹੈ ਬੁਲੰਦ ਬਾਣੀ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜیتے ਉਹ ਜਿੱਤੀ ਜਿੱਤ ਇੱਕ ਦਿਨ ਜਿੱਤ ਜਾਣੀ ਬਾਜੀ ਉਹ ਕਿਹੜੀ ਬਾਜੀ ਹੈ ਰੱਬ ਨੂੰ ਆਪਾਂ ਮਿਲ ਲੈਣਾ ਭਾਈ ਪ੍ਰਾਪਤ ਮਨਖ ਦੇ ਰਹੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ